ਉਹਨਾਂ ਦੇ ਪੰਜ ਗੀਤ ਨੇ ਉਹ ਵੀ ਤੁਹਾਡੇ ਗੀਤ ਨੇ, ਉਹ ਕਹਿੰਦੇ ਸਾਨੂੰ ਭਾਵਾਂ ਪੰਜ ਗਾਣੇ ਸੁਣਾ ਦਿਓ, ਇਹ ਸਾਡੀ ਜ਼ਰੂਰੀ ਹੈ। ਉਹਨਾਂ ਨੂੰ ਉਹਨਾਂ ਦੇ ਸਾਰੇ ਦੁਗਾਣੇ ਮੂੰਹ ਜ਼ਬਾਨੀ ਵੈਸੇ ਵੀ ਯਾਦ ਹੈ। ਹਾਂਜੀ ਹਾਂਜੀ, ਬਾਪੂ ਦਾ ਖੁੰਡਾ ਕੱਢ ਦੂ ਤੇਰੀਆਂ ਰੜਕਾਂ, ਭੰਨ ਕੇ ਟਰੱਕ ਬਹਿ ਗਿਆ, ਅੱਖਾਂ ਤੱਤੀਆਂ ਕਰਨ ਦਾ ਮਾਰਾ, ਇੱਕੋ ਜਿਹੇ ਪੈਣਾ, ਜੀਜਾ ਸਾਲੀ ਤੇ ਡਿੱਗ ਪਿਆ ਲੋਟਣੀ ਖਾ ਕੇ, ਮੋੜੀ ਬਾਬਾ ਡਾਂਗ ਵਾਲਿਆ ਮੇਰੀ ਰੁੱਸ ਗਈ ਝਾਂਜਰਾਂ ਵਾਲੀ। ਇਹ ਤਾਂ ਘਰ ਘਰ ਚੀਜ਼ ਤੇ ਹੁੰਦਾ, ਬਹੁਤ ਸਾਰੇ ਦੁਗਾਣੇ ਤੁਹਾਡੀ ਸੇਵਾ 'ਚ, ਇੰਨੀ ਬਹੁਤ ਹੈ। ਬਾਕੀ ਜਿਹੜੇ ਉਹਨਾਂ ਨੇ ਸੁਣਾਉਣੇ ਹੈ ਉਹ ਤਾਂ ਫਿਰ ਲੜੀ ਲੱਗ ਜਾਣੀ ਹੈ ਤੁਹਾਡੀ ਸੇਵਾ ਦੇ ਵਿੱਚ। ਲਓ ਜੀ, ਇੱਕ ਧੁੰਨ ਸਾਡੇ ਕਲਾਕਾਰ ਜੋ ਸਾਡੇ ਮਜੀਸ਼ੀਅਨ ਹੈ, ਅੱਜ ਕੱਲ੍ਹ ਇਹ ਬੜਾ ਰਿਵਾਜ਼ ਹੈ ਇਹਨੇ ਸਾਜ਼ੀਆਂ ਨੂੰ ਸੈੱਟ ਕਰਨ ਨੂੰ, ਇਹ ਸਟੂਡੀਓ ਵਾਂਗ ਹੀ ਰਿਕਾਰਡਿੰਗ ਚੱਲਦੀ ਹੈ, ਇਹਨਾਂ ਨੂੰ ਸੈੱਟ ਕਰਨ 'ਤੇ ਟਾਈਮ ਲੱਗਦਾ। ਲਓ ਜੀ ਇੱਕ ਧੁੰਨ ਔਰ ਤੁਹਾਡੀ ਸੇਵਾ 'ਚ, ਕਰਤਾਰ ਸਿੰਘ ਨਵਲਾ, ਵਰਲਡ ਇੰਟਰਨੈਸ਼ਨਲ ਫੇਮ ਕਲਾਕਾਰ, ਔਰ ਬੀਬਾ ਨਵਜੋਤ ਰਾਣੀ ਜੀ, ਪਲੀਜ਼ ਕਮ ਔਨ ਦ ਸਟੇਜ। ਹਾਂਜੀ, ਕਰਤਾਰ ਸਿੰਘ ਜੀ ਰਮਲਾ, ਬੀਬਾ ਨਵਜੋਤ ਰਾਣੀ। ਲਓ ਜੀ ਐਡਵਾਂਸ ਦੇ ਵਿੱਚ ਹੀ ਮਾਇਆ ਆਉਣੀ ਸ਼ੁਰੂ ਹੋ ਗਈ ਹੈ, ਮਿਹਰਬਾਨੀ, ਸ਼ੁਕਰੀਆ। ਜਿਹੜੇ ਵੀਰ ਖੜ੍ਹੇ ਆ, ਪੱਖੇ ਲੱਗੇ ਹੋਏ ਆ, ਸਪਰੇ ਚੱਲ ਰਿਹਾ, ਬਹਿ ਜਾਓ, ਬਹਿ ਕੇ ਬੜਾ ਆਨੰਦ ਆਉਂਦਾ, ਬਹਿਣ ਜੀ ਮਜ਼ਾ। ਜਿਹੜੇ ਸੀਟਾਂ 'ਤੇ ਖਲੋਤੇ ਉਹਨਾਂ ਦਾ ਹਾਲ ਤੁਸੀਂ ਦੇਖ ਹੀ ਲਿਆ, 6 ਤਰੀਕ ਨੂੰ ਹੁਣ ਤੁਸੀਂ ਬਹਿ ਜਾਓ, ਆਪਾਂ ਹੀ ਵੋਟਾਂ ਪਾਈਆਂ, ਬਹਿ ਕੇ ਸੁਣੋ ਪਿਆਰ ਦੇ ਨਾਲ। ਹਾਂਜੀ, ਕਰਤਾਰ ਸਿੰਘ ਜੀ ਰੌਲਾ ਮੰਚ ਤੇ ਪਹੁੰਚ ਗਏ ਹੈ, ਬੀਬਾ ਨਵਜੋਤ ਰਾਣੀ ਜੀ, ਔਰ ਜਿਹੜੀਆਂ ਫਰਮਾਇਸ਼ਾਂ ਤੁਹਾਡੀਆਂ ਵੀ ਨੇ ਸਰਦਾਰ ਬਹਾਦਰ ਸਿੰਘ ਜੀ ਦੀਆਂ। ਹਾਂਜੀ, ਦਰਬਾਰ ਬਾਬਾ ਬੰਗੂ ਸ਼ਾਹ ਜੀ ਦੇ ਚਰਨਾਂ 'ਚ ਰਾਜੀ ਸਾਧ ਸੰਗਤ ਜੀ, ਗੱਦੀ ਨਸ਼ੀਨ ਬਾਬਾ ਕਰਨੈਲ ਸ਼ਾਹ ਜੀ। ਇਹ ਦਰਬਾਰ ਦਾ ਮੇਲਾ ਜੋ ਕਿ ਹਰ ਸਾਲ ਲੱਗਦਾ, ਬੜੇ ਬੜੇ ਕਲਾਕਾਰ ਇੱਥੇ ਤੁਸੀਂ ਸੁਣੇ ਨੇ। ਅੱਜ ਇੱਕ ਹੋਰ ਮਹਾਨ ਫਨਕਾਰ ਜਿਹਦੇ ਪਤਾ ਨਹੀਂ ਕਿੰਨੇ ਕੁ ਗੀਤ ਨੇ, ਕਿੰਨੀਆਂ ਕੈਸਟਾਂ, ਕਿੰਨੇ ਰਿਕਾਰਡ, ਕਿੰਨੀਆਂ ਫਿਲਮਾਂ 'ਚ ਗਾਇਆ, ਕਿੰਨੇ ਮੁਲਕਾਂ ਦੇ ਟੂਰ ਕਰ ਛੱਡੇ ਨੇ, ਟੈਲੀਵਿਜ਼ਨ ਤੋਂ ਸੁਣਿਆ, HM ਦੇ ਤੁਸੀਂ LP ਸੁਣੇ, ਔਰ 40 ਸਾਲ ਤੋਂ ਲਗਾਤਾਰ ਤੁਹਾਡੀ ਸੇਵਾ ਕਰਨੀ। ਬਾਕੀ ਮੈਂ ਤੁਹਾਨੂੰ ਸਾਰਾ ਕੁਛ ਪਹਿਲਾਂ ਦੱਸ ਬੈਠਾ, ਤੁਹਾਡੀ ਸੇਵਾ 'ਚ ਤੁਹਾਡੇ ਹਰਮਨ ਪਿਆਰ ਕਲਾਕਾਰ ਕਰਤਾਰ ਸਿੰਘ ਜੀ ਰਮਲਾ, ਬੀਬਾ ਨਵਜੋਤ ਰਾਣੀ ਜੀ ਪਹੁੰਚ ਚੁੱਕੇ ਨੇ, ਤੁਹਾਡੀ ਇਜਾਜ਼ਤ ਚਾਹੀਦੀ ਹੈ ਭੈਣਾਂ ਭਰਾਵਾਂ ਸਾਰਿਆਂ ਦੀ, ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਕੇ ਦੱਸ ਦਿਓ ਵੀ ਸੁਣਨ ਦਾ ਮੂਡ ਬਣਿਆ ਹੋਵੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਔਰ ਮੇਰਾ ਵੀ ਵਾਅਦਾ ਰਿਹਾ ਜਿੰਨੀਆਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੇ ਹੱਸਦੇ ਹੋਏ ਚਿਹਰੇ ਇੱਦਾਂ ਡਬਲ ਹੱਸਦੇ ਹੋਏ ਘਰਾਂ ਨੂੰ ਜਾਣਗੇ, ਔਰ ਯਾਦ ਕਰੋਗੇ ਕਿ ਵਾਕਿਆ ਕਿਸੇ ਨੂੰ ਸੁਣ ਕੇ ਆਏ। ਤੁਹਾਨੂੰ ਪਤਾ ਵੀ ਨਵਾਂ 9 ਦਿਨ ਪੁਰਾਣਾ 100 ਦਿਨ, ਰਮਲਾ ਜੀ ਕੋਲ ਬਹੁਤ ਵਧੀਆ ਵਧੀਆ ਮੈਟਰ ਹੈ, ਅਸੀਂ ਰੋਜ਼ ਨਾਲ ਰਹਿੰਦੇ ਹਾਂ, ਸਾਨੂੰ ਆਪ ਹੀ ਬੜਾ ਮਜ਼ਾ ਆਉਂਦਾ ਰਹਿੰਦਾ ਸੁਣ ਕੇ, ਅਸੀਂ ਆਪਣੀਆਂ ਫਰਮਾਇਸ਼ਾਂ ਕਈ ਲਵਾ ਦੇ ਦੀਆਂ। ਸਰਦਾਰ ਬਹਾਦਰ ਜੀ, ਸਰਦਾਰ ਬਹਾਦਰ ਸਿੰਘ ਜੀ ਜਿਨ੍ਹਾਂ ਦੇ ਬੱਚਿਆਂ ਦੀ ਖੁਸ਼ੀ ਵਿੱਚ, ਕਿਉਂਕਿ ਉਹਨਾਂ ਨੇ ਕਿਹਾ ਸੀ ਸੁੱਖਣਾ ਸੁੱਕੀ ਸੀ ਵੀ ਕੈਨੇਡਾ ਜਾਂ ਸਾਡੇ ਬੱਚੇ ਸੈੱਟ ਹੋ ਜਾਣ, ਉਹ ਸੈੱਟ ਹੋ ਗਏ ਆ, ਅੱਜ ਉਹਨਾਂ ਨੇ ਨੋਟਾਂ ਦਾ ਥੱਬਾ ਦੇ ਕੇ ਸਾਨੂੰ ਸੱਦਿਆ, ਜੋ ਅਸੀਂ ਮੰਗਿਆ ਉਹਨਾਂ ਨੇ ਸਾਨੂੰ ਪਹਿਲਾਂ ਹੀ ਦੇ ਦਿੱਤਾ, ਬੜੀ ਮਿਹਰਬਾਨੀ ਉਹਨਾਂ ਦੀ, ਪਰਮਾਤਮਾ ਉਹਨਾਂ ਦੇ ਬੱਚਿਆਂ ਨੂੰ ਜਿੱਥੇ ਵੀ ਰਹੇ ਤੰਦਰੁਸਤੀਆਂ ਬੱਥੇ, ਇਹ ਪ੍ਰੋਗਰਾਮ ਉੱਥੇ ਬੱਚੇ ਸਾਡੇ ਉਹ ਦੇਖ ਰਹੇ ਹੋਣਗੇ, ਕਿਉਂਕਿ ਇਹ ਲਾਈਵ ਜਾ ਰਿਹਾ, ਉਹਨਾਂ ਦੀਆਂ ਜੋ ਫਰਮਾਇਸ਼ਾਂ ਉਹ ਵੀ ਅਸੀਂ ਇਹਦੇ ਵਿੱਚ ਪਾ ਕੇ ਉੱਧਰ ਦੀ ਕੱਢ ਦੇਣੀਆਂ, ਨਾਲੇ ਪੁੰਨ ਨਾਲੇ ਫਲੀਆਂ, ਤੁਸੀਂ ਵੀ ਸੁਣੋਗੇ, ਉਹ ਬੱਚੇ ਵੀ ਉੱਧਰ ਸੁਣ ਲੈਣਗੇ। ਲਓ ਜੀ, ਹੁਣ ਆਪਾਂ ਤੁਹਾਡੇ ਅਤੇ ਕਲਾਕਾਰਾਂ ਦੇ ਦਰਮਿਆਨ, ਮੈਂ ਕਦੀ ਕਦੀ ਆਉਣਾ ਜੀ, ਕਿਸੇ ਭੈਣ ਭਰਾ ਨੇ, ਕਿਸੇ ਬਜ਼ੁਰਗਾਂ ਨੇ ਕੋਈ ਪ੍ਰਾਈਜ਼ ਦੇਣਾ ਹੋਵੇ ਤਾਂ ਮੈਂ ਸਾਈਡ 'ਤੇ ਖੜਾ, ਮੈਨੂੰ ਲਿਖਾ ਦਿਓ, ਤੁਹਾਡੀਆਂ ਜ਼ੋਰਦਾਰ ਤਾੜੀਆਂ, ਤੁਹਾਡੇ ਹਰ ਦਿਲ ਅਜ਼ੀਜ਼ ਕਲਾਕਾਰ ਇੰਟਰਨੈਸ਼ਨਲ ਫਨਕਾਰ ਕਰਤਾਰ ਸਿੰਘ ਰਮਲਾ, ਬੀਬਾ ਨਵਜੋਤ ਰਾਣੀ।
ਹੈਲੋ ਸਤਿਕਾਰਯੋਗ ਪੰਡਾਲ ਦੇ ਵਿੱਚ ਬੈਠੇ ਹੋਏ ਜਿੰਨੇ ਵੀ ਸਾਡੇ ਇਲਾਕੇ ਦੇ ਉਹ ਪਰਮਾਤਮਾ ਦਾ ਰੂਪ ਸਰੋਤਾ ਜਨ, ਸਾਡੀਆਂ ਬੱਚੀਆਂ, ਸਾਡੀਆਂ ਭੈਣਾਂ, ਸਾਡੇ ਵੀਰ ਅੱਜ ਦੇ ਸਟੂਡੈਂਟ ਔਰ ਬੁੱਧੀਮਾਨ ਲੋਕ ਵਿੱਚ ਬੈਠੇ ਨੇ, ਔਰ ਪੰਚ ਸਰਪੰਚ ਮੈਂਬਰਾਂ ਸਾਹਿਬਾਨ ਕਲੱਬ ਦੇ ਸਮੂਹ ਕਮੇਟੀ ਨੂੰ ਵੀ ਬੜੀ ਭਾਗਾਂ ਵਾਲੀ ਗਿਣਦਾ ਕਿ ਸਾਡੇ ਜਿਹੇ ਨਿਮਾਣਿਆਂ ਨੂੰ, ਨਾ ਚੀਜ਼ ਬੰਦਿਆਂ ਨੂੰ ਇਸ ਸਟੇਜ 'ਤੇ ਆਉਣ ਦਾ ਮੌਕਾ ਦਿੱਤਾ। ਇੱਕ ਤਾੜੀ ਲਾ ਦਿਓ ਉਹਨਾਂ ਦੇ ਨਾਲ ਹੀ। ਆਵਾਜ਼ ਘੱਟ ਰੱਖੀ ਇਹਨਾਂ ਦੀ ਥੋੜ੍ਹਾ ਜਿਹਾ ਦੇਖ ਕੇ। ਤੋ ਗੱਲ ਇਹ ਆ, ਉਹ ਪਹਿਲਾਂ ਮੇਰੇ ਮਾਲਕ ਦੀ ਵੰਦਨਾ ਦੇ ਤੌਰ ਤੇ ਦੋ ਲਾਈਨਾਂ ਕਹਿਣ ਲੱਗੀਆਂ, ਉਸ ਤੋਂ ਬਾਅਦ ਇਹ ਗੱਲ ਕਹੂੰਗਾ ਉਹਦਾ ਹਮ ਪਾਉਂਦਾ ਵਿੱਚ ਚਿਕਤਾਰ ਬੈਂਜੋ ਦਾ ਹਮ ਪਾਉਂਦਾ ਵਿੱਚ। ਕਿਉਂਕਿ ਆਪਾਂ ਰਿਹਰਸਲ ਕਰਨੀ ਹੈ ਤੇ ਗਾਉਣਾ ਹੈ। ਹਾਂਜੀ, ਤੋ ਲਓ ਸਭ ਤੋਂ ਪਹਿਲਾਂ ਤਾਂ ਦੱਸਦਿਆਂ ਵੀ ਬਾਈ ਬਹਾਦਰ ਜੀ ਦੇ ਸਪੁੱਤਰ ਜਿਨ੍ਹਾਂ ਨੇ ਦੋਨਾਂ ਨੇ ਇਕੱਠਿਆਂ ਨੇ ਜਨਮ ਲਿਆ, ਵੈਸੇ ਇੱਕ ਹੀ ਮੁਸ਼ਕਲ ਹੁੰਦਾ ਹੈ ਪਰ ਉਹਨਾਂ ਇਕੱਠਿਆਂ ਨੇ ਜਨਮ ਲਿਆ, ਇੱਕ ਹੈਪੀ ਔਰ ਦੂਜਾ ਸੋਨੀ, ਇੱਕ ਕੈਨੇਡਾ 'ਚ ਬੈਠਾ, ਇੱਕ ਆਸਟ੍ਰੇਲੀਆ 'ਚ ਬੈਠਾ। ਉਹਨਾਂ ਦੋਵਾਂ ਦੀ ਸੁੱਕਣਾ ਕਿਉਂਕਿ ਲਾਈਵ ਇਹ ਚੱਲਦੇ ਰਹਿੰਦੇ ਨੇ, ਪ੍ਰੋਗਰਾਮ 'ਤੇ ਪਰਫਾਰਮੈਂਸ ਚੱਲਦੀ ਰਹਿੰਦੀ ਹੈ, ਉਹ ਲਾਈਵ ਕਰਕੇ ਉਹਨਾਂ ਨੇ ਉੱਥੋਂ ਹੀ ਬਹਾਦਰ ਜੀ ਨੂੰ ਫੋਨ ਮਾਰਿਆ, ਸਾਨੂੰ ਉਹਨਾਂ ਨੇ ਬੁੱਕ ਕੀਤਾ। ਮੈਂ ਕਮੇਟੀ ਦਾ ਵੀ ਧੰਨਵਾਦ ਕਰਦਾ ਵੀ ਬਗੈਰ ਸੁਣੇ ਤੋਂ, ਬਗੈਰ ਕਹੇ ਤੋਂ ਜਾਂ ਵੇਖੇ 'ਚੋਂ ਜਾਂ ਕੰਨਾਂ ਨਾਲ ਸੁਣੇ ਤੋਂ ਬਗੈਰ ਉਹਨਾਂ 'ਚ ਵਿਸ਼ਵਾਸ ਤਾਂ ਨਹੀਂ ਆਉਂਦਾ ਹੁੰਦਾ, ਪਰ ਉਹਨਾਂ ਨੇ ਵਿਸ਼ਵਾਸ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਮੇਟੀ ਦਾ। ਅਤੇ ਪਰ ਜਿੰਨਾ ਚਿਰ ਲਾਵਾਂਗੇ ਉਹਨਾਂ ਚਿਰ, ਜਦੋਂ ਕਮੇਟੀ ਜੇ ਆਪਦੀ ਖੁਸ਼ੀ ਨਾਲ ਕਹੂਗੀ, ਜਨਤਾ ਵੀ ਬੈਠੀ ਹੈ, ਜੇ ਜਨਤਾ ਦਾ ਮੂਵ ਹੋਇਆ ਤਾਂ ਉਹ ਸੁਣੀ ਜਾਣਗੇ, ਜੇ ਨਾ ਹੋਇਆ ਤਾਂ ਕਮੇਟੀ ਵਾਲਿਆਂ ਦੇ ਆਖਿਆ ਆਪਾਂ ਬੰਦ ਵੀ ਕਰ ਦਾਂਗੇ, ਕੋਈ ਐਸੀ ਗੱਲ ਨਹੀਂ। ਸਾਨੂੰ ਗਾਉਣ ਚੜਿਆ ਨਹੀਂ ਵੀ ਐਵੇਂ ਜ਼ਬਰਦਸਤੀ ਗਾਈ ਜਾਈਏ, ਸਾਡਾ ਗਾਉਣ ਵਾਲੇ ਨਹੀਂ ਮਾਰਦਾ, ਅਸੀਂ ਤਾਂ ਲੋੜ ਵਜੋਂ ਗਾਉਂਦੇ ਹਾਂ, ਤੁਹਾਡਾ ਜੀ ਕੀਤਾ ਤਾਂ ਸੁਣੀ ਜਾਇਆ, ਜੇ ਨਾ ਕੀਤਾ ਤਾਂ ਗਾਉਣ ਵਾਲੇ ਤਾਂ ਪਹਿਲਾਂ ਹੀ ਪਾਸ ਹੋ ਜਾਂਦੀ ਹੈ ਵੀ ਮੈਂ ਬੈਠਣ ਲੱਗਿਆ। ਤੋ ਆਓ ਇੱਕ ਗੱਲ ਦੱਸਦਿਆਂ, ਹੁਣ ਗਾਣੇ ਦੇ ਇਹ ਵੀ ਗੱਲ ਮੈਂ ਤਾਂ ਤੁਹਾਡੇ ਨਾਲ ਕਰਨ ਲੱਗਿਆ ਵੀ ਗਾਣੇ ਗਾਣੇ 'ਚ ਫਰਕ ਹੈ। ਅੱਜ ਦੇ ਨੌਜਵਾਨਾਂ ਦੇ ਗੀਤ ਜੋਸ਼ ਭਰੇ, ਵੱਢਣ ਵਾਲੇ, ਟੁੱਕਣ ਵਾਲੇ, ਗੰਡਾਸੇ, ਬਰਸੀਆਂ, ਪਿਸਟਲ, ਅਰਸਾਲਟਾਂ। ਆਹ ਪਿੱਛੇ ਜੇ ਇੱਕ ਮਿੱਤਰੋ ਗੀਤ ਸੁਣਿਆ ਸੀ, ਵੈਲੀਆਂ ਦੀ ਅੱਖ ਅੱਜ ਲਾਲ ਨਹੀਂ, ਕੋਈ ਬੰਦਾ ਬੰਦਾ ਮਾਰਨਾ ਤਾਂ ਦੱਸ। ਮੈਂ ਕਿਹਾ ਵਾਹ ਪਿਓ ਦਿਆ ਪੁੱਤਾਂ, ਵੈਲੀਆਂ ਦੀ ਅੱਖ ਅੱਜ ਲਾਲ ਨਹੀਂ, ਕੋਈ ਬੰਦਾ ਬੰਦਾ ਮਾਰਨਾ ਤਾਂ ਦੱਸ। ਉਹ ਮੈਂ ਕਿਹਾ ਭਲਿਆ ਲੋਕਾਂ, ਜਿੱਦਣ ਤੇਰੇ ਤੋਂ ਬੰਦਾ ਮਰ ਗਿਆ ਨਾ, ਹੁਣ ਤਾਂ ਤੇਰੀ ਅੱਖ ਲਾਲ ਹੈ, ਫਿਰ ਤੇਰਾ ਪਿਛਲਾ ਪਾਸਾ ਪੁਲਿਸ ਨੇ ਲਾਲ ਕਰ ਦੇਣਾ, ਫਿਰ ਤੂੰ ਕਹਿਣਾ ਨਹੀਂ ਜੀ ਮੈਨੂੰ ਛੱਡ ਦਿਓ, ਮੇਰੀ ਅੱਖ ਜਮਾਂ ਦੁੱਧ ਰ ਗਈ। ਉਹਨਾਂ ਨੇ ਆਖਣਾ ਅਜੇ ਗੰਧਲੀ ਆ ਥੋੜ੍ਹੀ ਜੀ, ਗੰਗਾ ਜਲ ਰ ਗਈ, ਹੋਲਣ 'ਤੇ ਫੇਰ ਹੀ ਛੱਡਾਂਗੇ, ਅਤੇ ਪਿਛਲਾ ਪਾਸਾ ਪਰੌਂਠੇ ਵਰਗਾ ਹੋ ਜਾਣਾ, ਸਮਝੀ ਗੱਲ, ਉਦੋਂ ਬੈਠਾ ਵੀ ਨਹੀਂ ਜਾਣਾ ਕਿਸੇ। ਇਸ ਕਰਕੇ ਸਾਡੇ ਗਾਣੇ ਪਿਆਰ ਮੁਹੱਬਤ ਨੂੰ ਦਰਸਾਉਂਦੇ ਆ, ਔਰ ਵਾਅਦਾ ਕਰਦਾ ਅਤੇ ਦਾਅਵਾ ਵੀ ਕਰਦਾ, ਧਾਰਮਿਕ ਗੁਰੂ ਘਰ ਦੀ ਇੱਕ ਜਗ੍ਹਾ ਉਸ ਫਕਰ ਦਾ ਜਿਹਦਾ ਸਨਮਾਨ ਕਰਦੇ ਹੋ ਵੀ ਤੁਸੀਂ ਹੁਮ ਮਾ ਕੇ ਹੋ, ਤੁਹਾਡੀਆਂ ਸੁੱਖਾਂ ਪੂਰੀਆਂ ਹੁੰਦੀਆਂ, ਉਹਨਾਂ ਦੀ ਸ਼ਰਨ ਵਿੱਚ ਬੋਲਣ ਲੱਗਿਆ, ਇਹ ਕਹਿਣ ਲੱਗਿਆ ਵੀ ਜਿੰਨਾ ਚਿਰ ਤੁਸੀਂ ਸੁਣੋਗੇ ਵੀ ਸਾਨੂੰ ਮਰਿਆ ਮਰਿਆਂ ਦੇ ਗੀਤ ਜਮ੍ਹਾਂ ਨਹੀਂ ਆਉਂਦੇ, ਅਸੀਂ ਕਦੋਂ ਸੁਣਾਵਾਂਗੇ, ਖੁਸ਼ੀ ਪਹਿਲੇ ਕੀ ਸੁਣਾਵਾਂਗੇ, ਅਤੇ ਉਹਨਾਂ ਵਿੱਚ ਪਵਿੱਤਰ ਸੱਚਾਈਆਂ ਹੋਣਗੀਆਂ ਜੋ ਗੀਤ ਸੁਣਾਵਾਂਗੇ। ਲੈ ਆਓ। ਅੱਛਾ ਜੀ, ਤੁਹਾਡਾ ਨਾਮ ਕੀ ਹੈ? ਬਈ ਵਾਹ ਵਾਹ ਵਾਹ, ਪਹਿਲੀ ਗੱਲ ਤਾਂ ਨਾ ਹੀ ਚੰਗਾ ਹੈ, ਭਾਵੇਂ ਬਜ਼ੁਰਗ ਹੈ, ਮੱਖਣ ਸਿੰਘ, ਮੱਖਣ ਤਾਂ ਉਹ ਹੀ ਤਕੜਾ ਕਰਦਾ ਬੰਦੇ ਨੂੰ। ਹੁਣ ਗੱਲ ਇਹ, ਉਹਨਾਂ ਨੇ 100 ਰੁਪਇਆ ਸਿਆਣੇ, ਇੱਕ ਹੋਰ ਵੀ ਗੱਲ ਕਰਦੇ ਹਾਂ, ਤੁਹਾਨੂੰ ਇਕੱਲਾ ਗਾਉਣ ਦਾ ਨਹੀਂ, ਤੁਹਾਨੂੰ ਪੈਰਾਂ ਤੋਂ ਲੱਗੇ ਸਿਰ ਤਾਂ ਹੀ ਖੁਸ਼ ਕਰਕੇ ਜਾਵਾਂਗੇ। ਆਹ 100 ਰੁਪਇਆ ਸਰਦਾਰ ਮੱਖਣ ਸਿੰਘ ਨੇ ਆਪਦੇ ਬਾਈ ਜੀ ਨੂੰ ਮਾਨ ਕੀਤਾ, ਅਤੇ ਕਹਿੰਦੇ ਇਹ ਜੇ ਚੰਗਾ ਗਾਹਕ ਬੋਣੀ ਗਰਾਜੇ ਤਾਂ ਗੱਲਾਂ ਭਰਿਆ ਲੈਂਦਾ, ਨਹੀਂ ਤਾਂ ਗੱਲੇ ਦਾ ਮੂੰਹ ਵੀ ਅੱਡਿਆ ਰਹਿੰਦਾ ਜੇ ਚੀਪੜ ਆਦਮੀ ਆ ਜੇ। ਬੜੀ ਮਿਹਰਬਾਨੀ, ਉਹਨਾਂ ਨੇ ਮਾਨ ਕੀਤਾ, ਅਤੇ ਲਓ ਆਓ ਵੰਦਨਾ ਕਰਕੇ ਹੁਣ ਸ਼ੁਰੂ ਕਰਨ ਲੱਗੇ ਹਾਂ, ਜ਼ਰਾ ਗੌਰ ਕਰਨਾ। ਹੈਲੋ, ਹਾਂ ਜੀ ਜਗਤਾਰ।
प्यार दी गल मुटियार ते गबरू बामो सामने खड़े ने रूप रेखा दसन लग्या भी हुण एक दूजे नूं रिलाइज कराउंदे ने एक दूजे नूं महसूस कराउंदे ने तू मैनूं किदां दा लगदा मैं तैनूं किदां दी लगदी हाँ यह है प्यार क्योंकि प्यार दे नाल मुहब्बत दे नाल आपदे यार दी आपदे मित्र दी जी हजूरी करनी पैंदी है कृपान कढ के उहनूं यह नहीं पुछया जांदा वी गल करो प्यार करदी हां कि नहीं करदी उहदा तां जिहड़ा आउंदा हुंदा अगला वी चला जांदा इस करके आओ दोलिया नाल कहण लग्गिया आपदे मालक नूं याद करां कई मैनू कले ने वेख के बड़े उदास जे हो गए सी भी खोरे बीबी जी उठूगी कि नहीं उठूगी हुण गल ए है भी ये मैं तुहानू क्योंकि मेरिया गल्लां स्टेज ते पेंडू और सच्चियां हुंदियां ने कई बार बीबी जी आ गए ने कई बार ये हुंदा है कि जदों असीं स्टेज ते आउंदे आ सानू बड़े कमेंट्स करदे ने कई तां कहणगे यार बीबी तां बड़ फर गई है ते काके वाला बल्ब फ्यूज लगदा है कई करनगे यार एक मैनू हुणे भी तुरे आउंदा तां मैनू कहिंदा प्यो दिया पुत्ता आ कित्थों पट्टी है ओ मैं कहा भरावा असीं कलाकार लोग हाँ मैं माड़े कलाकार नाल गाया नहीं कदे मैं जिन्ना चिर चोटी दी कलाकार मेरे नाल ना होवे मैं आप ही पब्लिक च जांदा ही नहीं लो आओ दो लेना हाँ भी चल भी मथा एक मिनट मथा सिर्फ करतार रमणा तुहाडा नाम चीज है मथा सिर्फ उत्थे बाबा जी नूं टिक्या करो मैनूं सत श्री अकाल बुला लिया करो ओ जी कोई थैंक यू जी कोई गल नहीं जी लो जी लो जी महसूस करवाउंदे ने आमो सामने खड़े ने दो नौजवान दो जवानियां आप च गल करते ने इस तरह गौर करना लगे जान तो प्यारा
ਪੱਲਵੀ ਨਾ ਪਾਸੇ ਲੱਗੇ ਜਾਣ ਤੋਂ ਪਿਆਰਾ ਹੂੰ ਪੱਲਵੀ ਨਾ ਪਾਸੇ ਲੱਗੇ ਜਾਣ ਤੋਂ ਪਿਆਰਾ ਹੂੰ ਪੱਲਵੀ ਨਾ ਪਾਸੇ ਜਾਣ ਤੋਂ ਪਿਆਰਾ ਹੂੰ ਪੱਲਵੀ ਨਾ ਪਾਸੇ ਤੈਨੂੰ ਵੇਖ ਵੇਖ ਕਦੇ ਵੀ ਨਾ ਥੱਕਿਆ ਕਰਾਂ ਵੇਖ ਵੇਖ ਕਦੇ ਵੀ ਨਾ ਥੱਕਿਆ ਕਰਾਂ ਜੇ ਤੂੰ ਹੋਵੇਂ ਸ਼ੀਸ਼ਾ ਗੱਲ ਸੁਣ ਮਿੱਤਰਾ ਮੈਂ ਤੈਨੂੰ ਸਾਹਮਣੇ ਖੜਾ ਕੇ ਨਿੱਤ ਥੱਕਿਆ ਕਰਾਂ ਕਦੇ ਇੱਕ ਨਾਲ ਲਾਵਾਂ ਕਦੇ ਹੱਥ ਨਾਲ ਕੁੱਟਾਂ ਕਦੇ ਇੱਕ ਨਾਲ ਲਾਵਾਂ ਤੇ ਕਦੇ ਹੱਥ ਨਾਲ ਕੁੱਟਾਂ ਹੱਥ ਕੁੱਟ ਕੇ ਕਦੇ ਨਾ ਢਿੱਲਾ ਛੱਡਿਆ ਕਰਾਂ ਉੱਟ ਕੇ ਕਦੇ ਨਾ ਢਿੱਲਾ ਛੱਡਿਆ ਕਰਾਂ ਉਹ ਜੇ ਤੂੰ ਮੇਰੇ ਜ਼ਮੀਰ ਵਾਲ ਮੱਕਣੀ ਨੀ ਤੈਨੂੰ ਜੇਬ ਚੋਂ ਕਦੇ ਨਾ ਬਾਹਰ ਕੱਢਿਆ ਕਰਾਂ ਅਜੇ ਤੂੰ ਮੇਰੇ ਜ਼ਮੀਰ ਵਾਲ ਨੱਡੀਏ ਜੇਬ ਚੋਂ ਕਦੇ ਨਾ ਬਾਹਰ ਕੱਢਿਆ ਕਰਾਂ ਆਪਣਾ ਥੋੜ੍ਹਾ ਜਿਹਾ ਆਪਦਾ ਕੰਮ ਕਰ ਲਈਏ। ਆਹ ਹੁਣ ਨੌਜਵਾਨਾਂ ਦੀ ਗੱਲ ਕਰਨ ਲੱਗੇ ਹਾਂ। ਪੜ੍ਹਨ ਜਾਂਦੇ ਨਹੀਂ, ਕਦੇ ਬੱਸ ਅੱਡੇ 'ਤੇ, ਕਦੇ ਕਾਲਜ ਦੇ ਗੇਟ ਅੱਗੇ, ਕਦੇ ਸ਼ਹਿਰ 'ਚ ਵੜ ਗਏ ਚੀਜ਼ਾਂ ਖਰੀਦਣ ਵਾਸਤੇ, ਐਂ ਟਾਈਮ ਪਾਸ ਕਰ ਲਿਆ। ਜਦੋਂ ਦੋਨੇ ਫੇਲ ਹੋ ਗਏ ਉਦੋਂ ਉਹਨਾਂ ਦੇ ਮੂੰਹ ਪੁਰਾਣੇ ਕਮੀਜ਼ ਦੀ ਜੇਬ ਵਰਗੇ ਹੋ ਗਏ। ਹੁਣ ਕਾਲਜ ਦੇ ਗੇਟ ਅੱਗੇ ਖੜ੍ਹੇ ਨੇ, ਇੱਕ ਦੂਜੇ ਨਾਲ ਸਲਾਹ ਕਰਦੇ ਨੇ ਵੀ ਹੁਣ ਘਰੇ ਕਿੱਦਾਂ ਵੜੀਏ, ਜ਼ਰਾ ਗੌਰ ਕਰਨਾ। ਥੈਂਕ ਯੂ।
ਆਪਦੀ ਮਜਬੂਰੀ ਦੱਸਦਾ ਕੀ ਕਹਿੰਦਾ ਹੱਥ ਨਹੀਂ ਸੀ ਲਾਇਆ ਨੀ ਕਿਤਾਬ ਨੂੰ ਕਿਤੇ ਹੱਥ ਨਹੀਂ ਸੀ ਲਾਇਆ ਨੀ ਕਿਤਾਬ ਨੂੰ ਕਿਤੇ ਇਹ ਵੀ ਨਹੀਂ ਸੀ ਪਤਾ ਕਿਹੜੇ ਰੱਖੇ ਸੀ ਪਿੱਛੇ ਇਹ ਵੀ ਨਹੀਂ ਸੀ ਪਤਾ ਕਿਹੜੇ ਰੱਖੇ ਸੀ ਪਿੱਛੇ ਐਵੇਂ ਜਾ ਕੇ ਬੱਸਾਂ ਉੱਤੇ ਚੜੇ ਰਹਿੰਦੇ ਸੀ ਐਵੇਂ ਜਾ ਕੇ ਬੱਸਾਂ ਉੱਤੇ ਚੜੇ ਰਹਿੰਦੇ ਸੀ ਬਾਸ ਆਪਾਂ ਦੋਨਾਂ ਕੀ ਸਵਾ ਹੋਣਾ ਸੀ ਨਹੀਂ ਜਾ ਕੇ ਜੈਟ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਬਾਸ ਆਪਾਂ ਦੋਨਾਂ ਕੀ ਸਵਾ ਹੋਣਾ ਸੀ ਨਹੀਂ ਜਾ ਕੇ ਜੈਟ ਵਾਲੇ ਫਾਟਕਾਂ ਤੇ ਉਹ ਮੈਂ ਕਿ ਜੈਟ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਸਕੂਲ ਦੀ ਫੀਸ ਵਾਸਤੇ ਦਿੱਤੇ ਉਹਨੇ ਅੱਛਾ ਜੀ ਮੈਨੂੰ ਅੱਜ ਲੱਗਦਾ ਮੱਖਣ ਜ਼ਿਆਦਾ ਹੀ ਨਿਕਲ ਰਿਹਾ ਕੋਈ ਉਹ ਬੇਲੀਆਂ ਨੇ ਕੀਤੀ ਜਿਹੜੀ ਅੱਜ ਮਾਰ ਗਈ ਬੇਬੇ ਸਮਝਾਉਂਦੀ ਉਹ ਵੀ ਅੰਬ ਆ ਰਹੀ ਆਸ਼ਕਾਂ ਨੂੰ ਕੱਲ ਤੇ ਉਡੀਕ ਮਾਰ ਜਾਂਦੀ ਆਸ਼ਕਾਂ ਨੂੰ ਕੱਲ ਤੇ ਉਡੀਕ ਮਾਰ ਜਾਂਦੀ ਦੋਵੇਂ ਉਹ ਦੋਵੇਂ ਘੋਟ ਵਾਲੇ ਸਿਨਮੇ ਚ ਬੜੇ ਰਹਿੰਦੇ ਸੀ ਪਾਸ ਆਪਾਂ ਦੋਨਾ ਕੀ ਸਵਾ ਹੋਣਾ ਸੀ ਨਹੀਂ ਜੱਗ ਜਿੱਤ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਪਾਸ ਆਪਾਂ ਦੋਨਾ ਕੀ ਸਵਾ ਹੋਣਾ ਸੀ ਨਹੀਂ ਜੱਗ ਜਿੱਤ ਵਾਲੇ ਫਾਟਕਾਂ ਤੇ ਖੜੇ ਰਹਿੰਦੇ ਸੀ ਖੁਸ਼ ਹੋ ਪੈਸੇ ਵਾਲੇ ਦੇ ਜਾਂਦੇ ਨੇ ਖੁਸ਼ ਹੋ ਮੈਂ ਹਾਂ ਠੀਕ ਹੈ ਜੀ ਸ਼ਾਰਪ ਕਰਦੇ ਤੁਮ ਕਹੇ ਹੈਲੋ ਪਾਰਕਾਂ ਗਰਾਊਂਡਾਂ ਵਿੱਚ ਬਹਿ ਕੇ ਸਾਰੇ ਆ ਪਾਰਕਾਂ ਗਰਾਊਂਡਾਂ ਵਿੱਚ ਬਹਿ ਕੇ ਸਾਰੇ ਆਸ਼ਕੀ ਚੋਂ ਕੱਟਿਆ ਕੀ ਸਾਲ ਮਾਰਿਆ ਪਾਰਕਾਂ ਗਰਾਊਂਡਾਂ ਵਿੱਚ ਬਹਿ ਕੇ ਸਾਰੇ ਆਜ ਕਿਚੋ ਕੱਟਿਆ ਕਿ ਸਾਲ ਮਾਰਿਆ ਠੇਲਿਆਂ ਵਾਲੀ ਦਕੰਦੀ ਬਣਦਾ ਸੀ ਰਾਂਝਾ ਠੇਲਿਆਂ ਵਾਲੀ ਦਕੰਦੀ ਬਣਦਾ ਸੀ ਰਾਂਝਾ ਐਵੇਂ ਮਿਲਣ ਮਲਾਉਣ ਪਿੱਛੇ ਲੜੇ ਰਹਿੰਦੇ ਸੀ ਬਸ ਆਪਾਂ ਦੋਨਾਂ ਕਿਸਵਾ ਹੋਣਾ ਸੀ ਨਹੀਂ ਜੱਗ ਜਿੱਤ ਵਾਲੇ ਫਾਟਕਾਂ ਦੇ ਖੜੇ ਬਸ ਆਪਾਂ ਦੋਨੇ ਕਿਸਵਾ ਹੋਣਾ ਸੀ ਨਹੀਂ ਜੱਗ ਜਿੱਤ ਵਾਲੇ ਫਾਟਕਾਂ ਜਿੱਤ ਵਾਲੇ ਫਾਟਕਾਂ ਖੜੇ ਰਹਿੰਦੇ ਸੀ ਹਾਂਜੀ ਇਹਨਾਂ ਗੀਤਾਂ ਤੋਂ ਖੁਸ਼ ਹੋ ਕੇ ਫਾਟਕਾਂ ਤੇ ਖੜੇ ਰਹਿੰਦੇ ਸੀ ਪੁਰਾਣੇ ਆਸ਼ਕ ਹੁੰਦੇ ਸੀ ਕਹਿੰਦੇ ਜੀਵ ਜਿਸ ਦਰਖਤ ਦਾ ਫਲ ਖਾਈਏ ਸੁੱਕ ਜਾਏ ਤੇ ਉਸ ਨੂੰ ਕੱਟੀਏ ਨਾ ਜੇਕਰ ਯਾਰ ਦੇ ਨਾਂ ਦੀ ਮਿਲੇ ਸੂਲੀ ਤੇ ਝੂਟੇ ਲੈ ਲਈਏ ਤੇ ਪਿੱਛੇ ਹਟੀਏ ਨਾ ਪਰ ਅੱਜ ਕੱਲ੍ਹ ਦੇ ਇਹ 19 ਮਾਡਲ ਆਸ਼ਕ ਅੱਜ ਕੱਲ੍ਹ ਦੇ ਆਸ਼ਕ ਅਜੀਬ ਦੇਖੇ ਸ਼ਹਿਰ ਕਹਿੰਦਾ ਵੀ ਅੱਜ ਕੱਲ੍ਹ ਦੇ ਆਸ਼ਕ ਅਜੀਬ ਜਿੱਥੇ ਦੇਖੇ ਰਾਹ ਜਾਂਦੀ ਕੁੜੀ ਨੂੰ ਛੇੜ ਛਾੜ ਲਿਆ ਵਾਹ ਉਹ ਆਸ਼ਕੋ ਤੁਹਾਡੀਆਂ ਨਹੀਂ ਰਿਸਾ ਦੋ ਪਹੀਆਂ ਦੇ ਸਿਰ ਨੂੰ ਝਾੜ ਲਿਆ ਕੰਘੀ ਜੇਬ 'ਚ ਹੁੰਦੀ ਹੈ
ਇਦਾਂ ਦੀ ਅੱਜ ਕੱਲ੍ਹ ਦੇ ਆਸ਼ਕ ਹੈ। ਇਹ ਬਹੁਤ ਸਾਰੇ ਇਨਾਮ ਆਏ ਨੇ ਮੇਰੇ ਕੋਲ, ਜੇ ਕੋਈ ਨਾਂ ਰਹਿ ਜਾਏ ਤਾਂ ਤੁਸੀਂ ਦੁਬਾਰਾ ਵੀ ਲਿਖਾ ਸਕਦੇ ਹੋ, ਕੋਈ ਐਸੀ ਗੱਲ ਨਹੀਂ। ਕਈ ਵੀਰ ਕਹਿੰਦੇ ਭਾਅ ਜੀ ਤੁਸੀਂ ਐਨਕਾਂ ਕਿਉਂ ਨਹੀਂ ਲਾਉਂਦੇ, ਮੈਂ ਇਹਦਾ ਵੀ ਤੈਨੂੰ ਹੱਲ ਦੱਸ ਦਿੰਦਾ। ਮੈਂ ਅੱਜ ਘਰੋਂ ਤੁਰਨ ਲੱਗਾ, ਪਲਾ ਕਰਨ ਲੱਗਾ, ਬੂਟਿਆਂ ਨੂੰ ਪਾਣੀ ਪਾਉਣ ਡਿਆ ਸੀ, ਮੇਰੇ ਲੜ ਗਿਆ ਭੂੰਡ। ਉਹ ਹੁਣ ਮੇਰੀ ਸ਼ਕਲ ਇੱਦਾਂ ਦੀ ਹੋਈ ਜਿੱਦਾਂ ਨਾ ਦੂਰਬੀਨ ਦੀ ਅੱਖ ਹੁੰਦੀ ਹੈ, ਇਸ ਕਰਕੇ ਮੈਂ ਐਨਕ ਲਾਈ। ਦੇਵਰਾਜ ਜੀ 100 ਰੁਪਈਆ ਪਹਿਲਾਂ ਦੇ ਗਏ ਨੇ, ਦੂਜੇ ਗੀਤ ਤੋਂ ਫਿਰ 100 ਰੁਪਈਆ ਦੇ ਗਏ, ਮਿਹਰਬਾਨੀ ਸ਼ੁਕਰੀਆ। ਸਰਦਾਰ ਬਹਾਦਰ ਸਰਦਾਰ ਮੱਖਣ ਸਿੰਘ ਜੀ 100 ਰੁਪਈਆ ਦੇ ਗਏ, ਮਿਹਰਬਾਨੀ ਸ਼ੁਕਰੀਆ। ਸਰਦਾਰ ਬਹਾਦਰ ਸਿੰਘ ਜੀ ਸਾਡੇ ਪ੍ਰਮੋਟਰ ਸਾਹਿਬ, ਉਹਨਾਂ ਵੱਲੋਂ ਵੀ ਬਹੁਤ ਸਾਰੀ ਮਾਇਆ ਮਿਹਰਬਾਨੀ ਸ਼ੁਕਰੀਆ। ਸਰਦਾਰ ਜਗਜੀਵਨ ਸਿੰਘ ਜੀ ਜੋ ਕਿ ਨੋਟਾਂ ਦੀ ਪਰਖਾ ਕਰੀ ਜਾ ਰਹੇ ਨੇ, ਉਹਨਾਂ ਵੱਲੋਂ ਵੀ 100 ਰੁਪਈਆ ਇਨਾਮ ਆਇਆ, ਮਿਹਰਬਾਨੀ ਸ਼ੁਕਰੀਆ। ਮੱਖਣ ਸਿੰਘ ਗੱਲ ਚੇਤੇ ਆ ਗਈ, ਮੈਂ ਸ਼ਾਰਟਕੱਟ ਹੀ ਸੁਣਾ ਦਿੰਦਾ, ਗੱਲ ਲੱਭੀ ਗਈ, ਮੈਂ ਸ਼ਾਰਟਕੱਟ ਸੁਣਾ ਦਿੰਦਾ। ਹੋਇਆ ਕਿ ਮੇਰਾ ਵਿਆਹ ਹੋ ਗਿਆ, ਮੈਂ ਦੇਸੀ ਬੰਦਾ, ਵਹੁਟੀ ਮੇਰੀ ਸ਼ਹਿਰ ਦੀ, ਮੈਂ 5ਵੀਂ ਫੇਲ, ਵਹੁਟੀ ਮੇਰੀ MA ਪਾਸ, ਨਵਾਂ ਨਵਾਂ ਜ਼ਮਾਨਾ, ਪੁਰਾਣੀਆਂ ਗੱਲਾਂ। ਸ਼ੋਲੇ ਫਿਲਮ ਲੱਗੀ ਸੀ ਉਦੋਂ 1975 'ਚ ਮੇਰਾ ਵਿਆਹ ਹੋਇਆ ਸੀ। ਮੇਰਾ ਪਿੰਡ ਤਲਵੰਡੀ ਹੈ, ਕੁੜੀ ਲੁਧਿਆਣੇ ਦੀ, ਉਹ BA ਪਾਸ, MA ਪਾਸ, ਗਾਂਹ ਹੀ ਪੜ੍ਹ ਰਹੀ ਸੀ। ਉਹ ਫੈਸ਼ਨ ਨਵੀਆਂ ਨਵੀਆਂ ਜੀਨਾਂ ਚੱਲੀਆਂ ਸੀ ਉਦੋਂ, ਲੰਬੇ ਲੰਬੇ ਵਾਲ, ਜੇ ਉਹ ਸਾਡੇ ਉਹ ਹੀ ਉੱਠ ਕੇ ਬਾਪੂ ਨੇ ਕਹਿਣਾ ਚਲੋ ਢੱਕੇ ਜੋੜੇ, ਚਲੋ ਖੂਹ ਨੂੰ, ਸਾਨੂੰ ਕੋਈ ਸਮਝ ਨਾ ਆਵੇ। ਮੇਰੀ ਜ਼ਮੀਨ ਉਹ ਸੀ, ਇਕੱਲੇ ਦੀ 25 ਕਿੱਲੇ ਜ਼ਮੀਨ ਸੀ, ਇਸ ਕਰਕੇ ਕੁੜੀ ਵਾਲੇ ਫਸ ਗਏ ਵੀ ਖੇਲੋ ਕੋਈ ਗੱਲ ਨਹੀਂ, ਮੁੰਡਾ ਖਾਂਦਾ ਟੱਟੇ ਖੂਹ 'ਚ ਜਾਵੇ, ਕੁੜੀ ਤਾਂ ਸੁਖੀ ਰਹੂ, 25 ਕਿੱਲੇ ਤਾਂ ਹੈਗੇ ਪਿੱਛੇ, ਉਹ ਕਿੱਲਿਆਂ ਪਿੱਛੇ ਵਿਆਹ ਹੋ ਗਿਆ। ਲਓ ਜੀ, ਜਦੋਂ ਮੈਂ ਵਿਆਹ ਕੇ ਲਿਆ, ਮਾਂ ਮੇਰੀ ਗੇਟ 'ਚ ਖੜੀ, ਵਾਰ ਬੰਨੀ ਦੀਏ ਮਾਏ ਬੰਨਾ ਤੇਰਾ ਬਾਰ ਖੜਾ। ਬੇਬੇ ਨੇ ਪੀ ਪਾਣੀ, ਆਪਣਾ ਢਿੱਡ ਫੁਲਾ ਲਿਆ, ਬੁਰਾ ਹਾਲ ਹੋ ਗਿਆ। ਮੈਂ ਬੇਬੇ ਗੱਲ ਸੁਣ, ਤੂੰ ਤਾਂ ਪਾਣੀ ਪੀ ਜਾਂਦੀ ਹੈ, ਕਿ ਢਿਮਰੀ ਖਰਾਬ ਹੀ ਲੱਗਦੀ ਹੈ। ਆਪਾਂ ਹੈਗੇ ਪੇਂਡੂ ਬੰਦੇ, ਆ ਗਈ ਸ਼ਹਿਰ 'ਚੋਂ, ਬੁੜੇ ਨੇ ਤਾਂ ਪੰਗਾ ਲੈ ਲਿਆ, ਹੁਣ ਮੈਂ ਨਿਭਾਉਣੀ ਤਾਂ ਮੈਨੂੰ ਪੈਣੀ ਹੈ। ਲਓ ਜੀ, ਉਹ ਗੱਲ ਹੋਈ। ਹੁਣ ਸ਼ਹਿਰੋਂ ਆਈ, ਉਹਨੇ ਅੱਗੇ ਪਲੰਘ ਦੇ ਚੌਂਕੜਾ ਮਾਰ ਲਿਆ, ਉਹ ਕੰਮ ਨੂੰ ਹੱਥ ਨਾ ਲਾਇਆ ਕਰੇ, ਰੋਜ਼ ਵਾਲ ਜੇ ਬਾਹ ਕੇ ਬਹਿ ਜਾ ਕਰੇ, ਕਦੀ ਜੁਲਫਾਂ ਸਵਾਰ ਲਿਆ ਕਰੇ, ਕਦੀ ਮੇਰੀ ਮਾਂ ਨੂੰ ਕਹੇ ਮੰਮੀ ਆਈ ਲਾਈਕ ਟੂ ਕੌਫੀ। ਉਹ ਮੇਰੀ ਮਾਂ ਨੂੰ ਬੜੋ ਨੇ ਵਿਚਾਰੀ ਨੇ ਕੌਫੀ ਕਦੀ ਸੁਣੀ ਨਹੀਂ ਸੀ, ਉਹ ਮੈਨੂੰ ਕਹਿੰਦੀ ਵੀ ਪੁੱਤ ਟੌਫੀਆਂ ਮੰਗਦੀ ਰਹਿੰਦੀ ਸਾਰੀ ਜਿਹੜੀ, ਮੈਂ ਬੀਬੀ ਟੌਫੀਆਂ ਨਹੀਂ ਕੌਫੀ ਮੰਗਦੀ ਹੈ, ਕਦੀ ਉਹਨੇ ਕਹਿਣਾ ਮੰਮ ਆਈ ਲਾਈਕ ਟੂ ਆਮਲੇਟ। ਉਹ ਵਿਚਾਰੀ ਨੇ ਮੈਨੂੰ ਪੁੱਛਣਾ ਬੇਬੇ ਨੇ ਵੀ ਕੀ ਕਹਿੰਦੀ, ਮੈਂ ਜੀ ਮੈਨੂੰ ਨਹੀਂ ਪਤਾ, ਕੁਛ ਨਹੀਂ ਕਹਿੰਦੀ। ਹਫ਼ਤਾ ਕੁ ਹੋ ਗਿਆ, ਬੇਬੇ ਮੇਰੀ ਨੇ ਮੈਨੂੰ ਜੂੰਡਿਓ ਫਾੜ ਲਿਆ ਵੀ, ਕਹਿੰਦਾ ਤੇ ਤੂੰ ਥੱਲੇ ਲੱਗ ਗਿਆ ਹੈ, ਜਨਾਨੀ ਦੇ ਥੱਲੇ ਲੱਗ ਗਿਆ, ਉਹ ਕੰਮ ਨੂੰ ਹੱਥ ਨਹੀਂ ਲਾਉਂਦੀ, ਤੂੰ ਅੱਗੇ ਹੱਥ ਜੋੜ ਕੇ ਬਿਠਾ ਰਹਿੰਦਾ। ਮੈਂ ਬੇਬੇ ਕੋਈ ਗੱਲ ਨਹੀਂ, ਕੱਲ੍ਹ ਤੂੰ ਕੰਮ 'ਤੇ ਲਾ ਦੇਗਾ। ਮੈਂ ਭਾਈ 2-3 ਪੈਗ ਲੈ, ਪਹਿਲੀ ਯਾਰਾ ਪੀਤੇ ਸੀ, ਮੈਂ ਵੀ ਪੀ ਕੇ ਸੁੱਚਾ ਸੂਰਮਾ ਬਣ ਗਿਆ, ਮਾਰੀਆਂ 3-4 ਚਾਂਗਰਾ, ਵਹੁਟੀ ਮੇਰੀ ਘੁੰਡ ਕੱਢ ਕੇ ਅੱਗੇ ਪੜਕੇ ਦੇ ਬੈਠੀ। ਮੈਨੂੰ ਜਾ ਕੇ ਉਹਦੇ ਮੈਂ ਸਿੱਧਾ ਪੈਰੀ ਪੈ ਗਿਆ, ਬੂਹਾ ਢੋਲਿਆ ਮੈਂ, ਕਹਿੰਦੀ ਤੁਸੀਂ ਬੱਚਿਆਂ ਨੂੰ ਪੈਰਾਂ 'ਚ ਕਿਉਂ ਲਿਟੀ ਜਾਂਦੇ ਹੋ। ਮੈਂ ਗੱਲ ਸੁਣ, ਬਾਹਰ ਬੇਬੇ ਖੜੀ, ਉਹਦੇ ਕਰਕੇ ਦਬਕਾ ਮਾਰਦਾ, ਮੈਂ ਪੈਰ ਰਹਿਣਾ ਤੇਰੇ, ਮੈਂ ਪੈਰਾਂ ਦੇ ਵਿੱਚ ਹੀ ਹੈ। ਕਹਿੰਦੀ ਹੁਕਮ ਕਰੋ। ਮੈਂ ਹੁਕਮ ਕੀ ਕਰਨਾ ਵੀ, ਮੇਰੀ ਬੇਬੇ ਤੇਰੇ ਤੋਂ ਬਹੁਤ ਦੁਖੀ, ਤੂੰ ਇੱਕ ਅੱਧੀ ਮਾੜਾ ਮੋਟਾ ਕੰਮ ਨੂੰ ਹੱਥ ਲਾ, ਕੋਈ ਸ਼ਗਨ ਜਿਹਾ ਕਰ ਲਾ ਤੇ ਮੇਰੀ ਜੂਨ ਸੁਧਰ ਜੂ। ਕਹਿੰਦੀ ਐਂ ਕਰੋ, ਪੈਰੀ ਨਾ ਪਾਓ, ਜਾ ਕੇ ਆਪਣੀ ਬੇਬੇ ਨੂੰ ਕਹਿੰਦੇ ਵੀ ਸਵੇਰੇ 9 ਨੇ ਕੰਮ ਸ਼ੁਰੂ ਕਰਨਾ। ਬੇਬੇ ਨੇ ਢੋਲ ਵਜਾ ਦਿੱਤਾ, ਆਂਢਣਾ ਗੁਆਂਢਣਾ ਇਕੱਠੀਆਂ ਹੋ ਗਈਆਂ, ਮੇਲਾ ਲੱਗ ਗਿਆ ਸਾਡੇ ਘਰ ਦੇ ਵਿੱਚ। ਉਹ ਮੇਰੀ ਮਾਂ ਨੂੰ ਕਹਿੰਦੀ ਮਾਂ ਜੀ ਹਾਜੀ ਦੱਸੋ, ਕੰਮ ਦੱਸੋ, ਜੀਨ ਉਹਦੇ ਪਾਈ ਹੋਈ ਟਾਈਟ, ਬਹਿ ਨਾ ਹੋਵੇ ਨਾ ਖਲੋ ਹੋਵੇ, ਵਾਲ ਕੱਢੇ ਹੋਏ ਪੂਰੇ, ਸੁਰਖੀਆਂ ਬਿੰਦੀਆਂ ਲੱਗੀਆਂ ਹੋਈਆਂ। ਕਹਿੰਦੀ ਮਾਂ ਜੀ ਕੰਮ ਦੱਸੋ। ਮਾਂ ਮੇਰੀ ਹੁਣ ਮੈਨੂੰ ਪੁੱਛਦੀ, ਕਹਿੰਦੀ ਪੁੱਤ ਉਹਨੂੰ ਕਿਹੜੇ ਕੰਮ ਲਾਈਏ? ਮੈਂ ਕਿਹਾ ਜੀ ਇਹਨੂੰ ਫਾਹੇ ਲਾ ਦਿਓ, ਸਭ ਤੋਂ ਵਧੀਆ ਕੰਮ, ਮੁੜ ਕੇ ਕੰਮ ਕਰਨ ਦੀ ਲੋੜ ਹੀ ਕੋਈ ਨਹੀਂ ਪੈਂਦੀ। ਮੈਂ ਹਾਂ ਬੇਬੇ 15 ਦਿਨ ਹੋ ਗਏ ਮੇਰਾ ਸਿਰ ਖਾਂਦੀ ਨੂੰ, ਹੁਣ ਵਿਚਾਰੀ ਉਹ ਕੰਮ ਲੱਗਣ ਲੱਗੀ ਤੇ ਮੈਨੂੰ ਕੀ ਪੁੱਛਦੀ? ਕਹਿੰਦੀ ਪੁੱਤ ਆਪਣੇ ਪਿੰਡਾਂ 'ਚ ਰਿਵਾਜ਼ ਹੁੰਦਾ ਵੀ ਨਵੀਂ ਬੋਟੀ ਨੂੰ ਦੁੱਧ ਰਿੜਕਣ ਲਾਉਂਦੇ ਆ। ਮੈਂ ਜੀ ਉੱਥੋਂ ਮਹੂਰਤ ਕਰ ਲਓ। ਉਹ ਬੇਬੇ ਮੇਰੀ ਨੇ ਚਾਟੀ 'ਚ ਮਧਾਣੀ ਪਾ ਕੇ, ਦਹੀਂ ਪਾ ਕੇ, ਰੱਸੀ ਦੇ ਕੇ ਪੀੜੀ ਡਾ ਦੀ, ਕਹਿੰਦੀ ਲੈ ਪੁੱਤ ਬਹਿ ਕੇ ਇਹਨੂੰ ਰਿੜਕ। ਉਹਨੇ ਵਿਚਾਰੀ ਨੇ ਨਾ ਕਦੀ ਚਾਟੀ ਦੇਖੀ ਨਾ ਮਧਾਣੀ ਦੇਖੀ, ਨਾ ਉਹਨੂੰ ਪਤਾ ਨਾ ਲੱਗੇ, ਉਹ ਚਾਟੀ ਦੇ ਦੁਆਲੇ ਗੇੜੇ ਕਰਦੀ ਫਿਰੇ। ਉਹ ਜਦੋਂ ਬੈਠੇ ਉਦੋਂ ਡੈਡੀ 'ਚ ਲੱਗੇ ਕੰਮ, ਕਹਿੰਦੀ ਮੰਮੀ ਜੀ ਵਾਟ ਇਸ ਮੈਂ ਹੈ ਜੇ ਮਧਾਣੀ ਦਹੀਂ, ਇਹ ਥੋੜ੍ਹਾ ਜਿਹਾ ਜ਼ੋਰ ਲਾ ਦੇ, ਵਿੱਚੋਂ ਕੁਛ ਨਾ ਕੁਛ ਨਿਕਲੂਗਾ। ਖੈਰ ਜੀ, ਉਹਨੇ ਵਿਚਾਰੀ ਨੇ ਚਾਈ ਚਾਈ ਦੁੱਧ ਰਿੜਕਿਆ, ਮੱਖਣ ਆ ਗਿਆ। ਲੜਾਈ ਕਿੱਥੋਂ ਸ਼ੁਰੂ ਹੁੰਦੀ? ਮੇਰੇ ਪਿਓ ਦਾ ਨਾਮ ਮੱਖਣ ਸਿੰਘ ਸੀ। ਉਹ ਜ਼ਮਾਨੇ 'ਚ ਕੁਛ ਵੀ ਹੋ ਜਾਏ, ਨਾ ਆਪਣੇ ਸਹੁਰੇ ਦਾ ਨਾਂ ਨਹੀਂ ਸੀ ਲੈਂਦੀਆਂ ਹੋਈ। ਲਓ ਜੀ, ਜਦੋਂ ਮੱਖਣ ਆ ਗਿਆ, ਉਹਨੇ ਮੇਰੀ ਮਾਂ ਨੂੰ ਆਵਾਜ਼ ਮਾਰੀ, ਮਾਂ ਜੀ ਕੁਝਾ ਲਿਆ, ਉਹ ਮੱਖਣ ਆ ਗਿਆ। ਬੇਬੇ ਨੂੰ ਚੜ ਗਿਆ ਗੁੱਸਾ, ਨਹੀਂ ਤੂੰ ਆਪਣੇ ਸਹੁਰੇ ਦਾ ਨਾਂ ਲਿਆ? ਬੇਬੇ ਨੇ ਚੱਕੀ ਥਾਪੀ, ਉਹਦੇ 2-3 ਥਾਪੀਆਂ ਮਾਰੀਆਂ, ਉਹ ਵੀ ਪਿਓ ਦੀ ਧੀ ਨੇ ਕਰਾਟੇ ਸਿੱਖੇ ਸੀ, ਉਹਨੇ 2-3 ਪੰਚ ਮਾਰੇ, ਬੇਬੇ ਦੇੜ ਕੇ ਰੱਖ ਦਿੱਤੀ। ਮੈਂ ਸ਼ਾਮ ਨੂੰ ਆਇਆ, ਪਾਣੀ ਪਾਦਾ ਮੈਦਾਨ ਬਣਿਆ ਪਿਆ, ਬੁਰਾ ਹਾਲ। ਬੇਬੇ ਨੂੰ ਪੁੱਛਿਆ ਮੈਂ, ਬੇਬੇ ਕੀ ਹੋਇਆ? ਬੇਬੇ ਤੇਰਾ ਤਾਂ ਸਪੀਕਰ ਖਰਾਬ ਹੋ ਗਿਆ, ਤੇਰੀ ਗੱਲ ਸਮਝ ਨਹੀਂ ਆਉਂਦੀ। ਵਹੁਟੀ ਨੂੰ ਪੁੱਛਿਆ ਕੀ ਹੋਇਆ? ਕਹਿੰਦੀ ਬਸ ਮੈਂ ਮਾੜਾ ਜਿਹਾ ਮੱਖਣ ਗਿਆ, ਤੇਰੀ ਮਾਂ ਨੇ ਮੈਨੂੰ ਕੁੱਟਿਆ। ਬੈ ਕੋਈ ਗੱਲ ਨਹੀਂ, ਮੈਂ ਦੋਵਾਂ ਦੀ ਸੁਲਾਹ ਕਰਾਤੀ। ਵਹੁਟੀ ਨੂੰ ਸਮਝਾਤਾ ਵੀ ਕੁਛ ਵੀ ਹੋ ਜਾਏ ਮੱਖਣ ਨਹੀਂ ਕਹਿਣਾ, ਚਾਹੇ ਮੱਖਣ ਨੂੰ ਕੁਛ ਵੀ ਹੋ ਜਾਏ। ਰਾਤ ਨੂੰ ਸੁਲਾਹ ਹੋਈ, ਦਿਨ ਚੜਿਆ, ਵਹੁਟੀ ਮੇਰੀ ਨੇ ਫਿਰ ਦੁੱਧ ਰਿੜਕੇ, ਮੱਖਣ ਨੇ ਤਾਂ ਆਉਣਾ ਹੀ ਆਉਣਾ ਸੀ, ਮੱਖਣ ਸਾਲਾ ਫੇਰ ਆ ਗਿਆ। ਹੁਣ ਲੜਾਈ ਤੋਂ ਡਰਦੀ ਮੇਰੀ ਮਾਂ ਨੂੰ ਕਿੱਦਾਂ ਆਵਾਜ਼ ਮਾਰੀ? ਅੱਛਾ ਲਓ ਜੀ, ਮੱਖਣ ਸਿੰਘ ਜੀ।
ਸੇਵਾ ਚ ਗੀਤ ਫਰਮਾਇਸ਼ ਤੇ ਗਾਉਣ ਲੱਗੇ ਹਾਂ। ਬਾਈ ਜੀ ਹੋਰਾਂ ਤੋਂ ਕੁਛ ਫਰਮਾਇਸ਼ ਕੀਤੀ ਹੈ ਪਰ ਉਹ ਸੋਨੀ ਦੀ ਔਰ ਹੈਪੀ ਜੀ ਦੀ ਫਰਮਾਇਸ਼ ਹੈ, ਉਹ ਪੂਰੀ ਕਰਨ ਲੱਗੇ ਹਾਂ, ਜ਼ਰਾ ਗੌਰ ਕਰਨਾ। ਬਾਈ ਥੋੜ੍ਹਾ ਜਿਹਾ ਫਰਮਾਇਸ਼ ਹੈ, ਉਹਨਾਂ ਨੇ ਪੰਚਾਇਤ ਨੇ ਕਿਹਾ ਆਪਾਂ ਉਹਨਾਂ ਨਾਲ ਕੰਪਰੋਮਾਈਜ਼ ਕਰਨਾ, ਉਹ ਕਹਿੰਦੇ ਵੀ ਉੱਥੇ ਸਾਹਮਣੇ ਆ ਜਾਓ ਤੁਸੀਂ ਵੀ ਸਾਹਮਣੇ ਕਰਕੇ ਵੇਖੋ। ਹਾਂਜੀ ਹਾਂਜੀ ਹਾਂਜੀ, ਨਾਲੇ ਪਿੱਛੋਂ ਤਾਂ ਕੋਈ ਨਹੀਂ ਦੀਦਾ, ਜੋ ਕੋਈ ਸਾਹਮਣੇ ਦੀਦਾ ਹੁੰਦਾ। ਆ ਜਾਓ ਉਹ ਸ਼ੁਰੂ ਤਾਂ ਫੇਰ ਹੀ ਕਰਾਂਗੇ, ਤੁਸੀਂ ਥੱਲੇ ਆ ਜਾਓ। ਮੈਂ ਜਿਹੜੀ ਗੱਲ ਕਹਿੰਦਾ ਪੰਜਾਬੀ 'ਚ ਕਹਿ ਰਿਹਾ, ਉਹ ਕਹਿੰਦੇ ਆ ਵੀ ਆਪਾਂ ਵਿਰੋਧ ਨਹੀਂ ਕਰਨਾ ਕਿਸੇ ਦਾ, ਤੁਸੀਂ ਉੱਥੇ ਸਾਹਮਣੇ ਬਹਿ ਕੇ ਆ ਜਾਓ। ਹਾਂ ਸਾਹਮਣੇ ਆ, ਪਤਾ ਕੀ ਗੱਲ, ਉਹਨਾਂ ਨੂੰ ਵੀ ਖੁਸ਼ ਕਰੋ। ਤੁਸੀਂ ਥੱਲੇ ਜਾਣਾ ਕਿ ਨਹੀਂ? ਮੈਂ ਮਤਲਬ ਕਿ ਵੈਸੇ ਅੱਛਾ, ਮੇਰਾ ਕਹਿਣ ਤੋਂ ਮਤਲਬ ਹੈ ਵੀ ਉਹਨਾਂ ਨੂੰ ਆਪਾਂ ਨਹੀਂ, ਉਹਨਾਂ ਨੂੰ ਆਪਾਂ ਇਤਰਾਜ਼ ਨਾ ਕਰੀਏ, ਉਹਨਾਂ ਦਾ ਇਤਰਾਜ਼ ਨਹੀਂ ਕਰਨ ਦੇਣਾ। ਆਪਾਂ ਉਹਨਾਂ ਨੂੰ ਖੁਸ਼ ਵੀ ਕਰਨਾ ਅਤੇ ਉਹਨਾਂ ਨੂੰ ਯਾਦ ਵੀ ਨਹੀਂ ਆਉਣ ਦੇਣਾ ਵੀ ਟਾਈਮ ਹੋਇਆ ਕੀ ਆਉਣ। ਆਜੋ ਆਜੋ ਉਹ ਯਾਰ, ਗੱਲ ਸੁਣੋ ਫਿਰ, ਨਹੀਂ ਐਂ ਨਾ ਕਰੋ ਫਿਰ, ਤੁਸੀਂ ਤਾਂ ਪੱਥਰਾਂ ਨੂੰ ਅੜ ਕੇ ਖੜ ਗਏ। ਹੈਲੋ, ਸ਼ਰਮ ਰੱਖ ਬਸ, ਇਦੂ ਬਾਅਦ ਛੇੜਿਆ ਹੀ ਨਾ ਕਰੇ ਨੂੰ। ਲੋਕ ਗੀਤ ਗਾਉਣ ਲੱਗੇ ਇੱਕ ਫਰਮਾਇਸ਼ ਤੇ, ਉਹਨਾਂ ਮੁੰਡਿਆਂ ਦੀ ਦੋਵਾਂ ਦੀ, ਹੈਪੀ ਦੀ ਤੇ ਸੋਨੀ ਦੀ ਫਰਮਾਇਸ਼ ਹੈ ਵੀ ਨਸ਼ੇ ਪੱਤੇ ਨਹੀਂ ਕਰਨੇ ਚਾਹੀਦੇ। ਲੋ ਆਓ ਭੈਣਾਂ ਦੇ ਹੱਕ 'ਚ ਗੀਤ ਕਹਿਣ ਲੱਗਿਆ, ਯੂਟਿਊਬ ਤੇ ਬਹੁਤ ਸਾਰਾ ਲੋਕਾਂ ਨੇ, ਲੱਖਾਂ ਲੋਕਾਂ ਨੇ, ਪਤਾ ਨਹੀਂ ਕਿੰਨੇ ਮਿਲੀਅਨ ਨੇ ਦੇਖਿਆ ਹੋਇਆ। ਲੋ ਆਓ, ਉਹ ਮੁਟਿਆਰ ਸਮਝਾਉਂਦੀ ਦਾਰੂ ਨਾ ਪੀਆ ਕਰ। ਉਹ ਦਾਰੂ ਪੀਣ ਵਾਲਾ ਬੰਦਾ ਤੁਹਾਨੂੰ ਪਤਾ ਜਿਹੜਾ, ਉਹ ਫਿਰ ਘਰੇ ਆ ਕੇ ਰੋਹ ਮਾਰਦਾ, ਜਵਾਕਾਂ ਨੂੰ ਵਿਗਾੜਦਾ, ਜਵਾਕਾਂ ਨੂੰ ਗਾਲਾਂ ਕੱਢਦਾ, ਕੁੜਤਾ ਮਾਰਦਾ, ਹੁਣ ਕੀ ਕਹਿੰਦੀ ਆ, ਕੋਈ ਜਵਾਬ ਕੀ ਦੇ ਰਿਹਾ, ਜ਼ਰਾ ਗੌਰ ਕਰਨਾ। ਘਰਾਂ 'ਚ ਨਿੱਤ ਵਾਪਰਦੀ ਗੱਲ, ਹਰ ਘੰਟੇ ਬਾਅਦ, ਹਰ ਦੋ ਚਾਰ ਘੰਟਿਆਂ ਬਾਅਦ ਘਰ ਦੀ ਸਟੋਰੀ ਦਾ ਗੀਤ ਹੈ, ਜ਼ਰਾ ਗੌਰ ਕਰਿਆ ਜੇ ਆਪਣੇ ਆਪਣੇ ਮਨ। ਹੁਣ ਮੈਂ ਆਖਿਆ ਸੀ ਦਾਰੂ ਪੀਣੀ ਪਾਣੀ ਦਾ ਜੱਗ ਲਿਆ ਦੇ ਤੂੰ, ਮੈਂ ਆਖਿਆ ਸੀ ਦਾਰੂ ਪੀਣੀ ਪਾਣੀ ਦਾ ਜੱਗ ਲਿਆ ਦੇ ਤੂੰ, ਨਾਲ ਮੇਰੇ ਮਿੱਤਰ ਬੇਲੀ ਬੋਲਣ ਐਵੇਂ ਜਾ ਦੇ ਤੂੰ, ਚਾਰ ਲਫੰਗੇ ਇਕੱਠੇ ਕਰਕੇ ਘਰ ਨੂੰ ਲਾਂਬੂ ਲਾ ਦੇ ਤੂੰ, ਜਦੋਂ ਦੇਖ ਗੁੱਤ ਨੂੰ ਗੇੜਾ, ਜਦੋਂ ਦੇਖ ਗੁੱਤ ਨੂੰ ਗੇੜਾ, ਛੱਡਿਆ ਕੰਨ ਦੇ ਕੁੱਲ ਬੇੜਾ, ਮਾਰਿਆ ਕੰਨ ਦੇ ਕੁੱਲ ਬੇੜਾ, ਜਾਂਦਾ ਜਿਵੇਂ ਸੜਕ ਤੇ ਰੇੜਾ, ਜਾਵੇਂ ਜਿਵੇਂ ਸੜਕ ਤੇ ਰੇੜਾ, ਐਵੇਂ ਭੱਜੀ ਜਾਵੇਂਗੀ ਨੀ, ਪਾਣੀ ਨਾਲ ਗਲਾਸ ਪਲੇਟਾਂ ਚੱਕੀ ਆਵੇਂਗੀ ਅਰਸਲਾ ਜੀ, ਉਹ ਪਾਣੀ ਨਾਲ ਗਲਾਸ ਪਲੇਟਾਂ ਚੱਕੀ ਆਵੇਂਗੀ। ਬਦਰ ਗੀਤ ਪੂਰਾ ਹੋ ਲੈਂਦੇ ਕਰ, ਫਿਰ ਅੱਜ ਫਿਰ ਕਰ, ਪੈਸਿਆਂ ਦੀ ਕੋਈ ਗੱਲ ਨਹੀਂ, ਪਰ ਆਪਾਂ ਜਨਤਾ ਨੂੰ ਕੁਛ ਕਰਨਾ। ਕੰਮ ਵੀ ਨੀ ਬਿਨਾ ਪੀਤੀਓ ਬਿਨਾ ਮੂੜ ਤੋਂ ਕਰ ਹੁੰਦਾ,
ਮੇਰਾ ਸੜੀ ਸੀ ਆਪਾਂ ਮੈਥੋਂ ਰੋਜ ਰੋਜ ਨਹੀਂ ਕਰ ਹੁੰਦਾ ਹੱਕਾਂ ਨੂੰ ਬਾਲਾ ਬੋਲੀ ਜਾਵੇ ਨਹੀਂ ਕਿਸੇ ਦਾ ਡਰ ਹੁੰਦਾ ਮੇਰਾ ਸੜੀ ਸੀ ਆਪਾਂ ਮੈਥੋਂ ਰੋਜ ਰੋਜ ਨਹੀਂ ਕਰ ਹੁੰਦਾ ਉਹ ਕਾਨੂੰ ਬਾਲਾ ਬੋਲੀ ਜਾਵੇ ਨਹੀਂ ਕਿਸੇ ਦਾ ਡਰ ਹੁੰਦਾ ਜਿਹੜਾ ਮੇਰਾ ਡੁੱਬ ਚਕਾਤਾ ਤੱਕੇ ਦਾਰੂ ਦੇ ਮੂੰਹ ਖਾਤਾ ਮੈਂ ਕਿ ਹੋਰ ਵਧਾਵੇਂ ਵਾਦਾ ਕਿਉਂ ਨਾ ਬੋਲਾ ਉੱਚੀ ਮੈਂ ਅੱਛਾ ਅਵੇਲੀ ਨੇ ਕਰ ਦਿੱਤੀ ਹੱਥੋਂ ਕੰਨੋਂ ਬੁੱਚੀ ਮੈਂ ਅਵੇਲੀ ਨੇ ਕਰ ਦਿੱਤੀ ਹੱਥੋਂ ਕੰਨੋਂ ਬੁੱਚੀ ਮੈਂ ਜਦੋਂ ਪਤਾ ਵੀ ਉਹ ਨਹੀਂ ਮੰਨੀ ਤੇ ਫਿਰ ਪਤਲਾ ਪੈ ਜਾਂਦਾ ਫਿਰ ਮਿਹਨਤ ਮਸ਼ਾਦਰ ਕਰਦਾ ਐਂ ਹੀ ਕਰਦੇ ਆ ਸਾਰੇ ਅੱਲਾ ਤੇਰਾ ਗੌਰ ਕਰੇ ਜੇ ਕਿਵੇਂ ਕਰਦੇ ਉਹਨਾਂ ਕਰ ਅੜੀਆਂ ਲੱਗ ਜਾ ਆਖੇ ਉੱਠ ਮੇਰੀ ਹੇ ਮਾਮਾ ਲੈਣੀਏ ਹੈਲੋ ਉਹ ਨਾ ਕਰ ਅੜੀਆਂ ਲੱਗ ਜਾ ਆਕੇ ਉੱਠ ਮੇਰੀ ਹੇ ਮਾਮਾ ਲੈਣੀ ਹੈ ਕਰੰਟ ਆ ਗਿਆ ਨਾ ਕਰ ਸਿਆਣੇ ਕਹਿੰਦੇ ਇਹਨਾਂ ਦੀ ਕਈ ਵਾਰ ਮੱਤ ਪਿਛਲੇ ਪਾਸੇ ਹੁੰਦੀ ਗਿੱਛੇ ਚ ਹੁਣ ਦੇਖੋ ਵੀ ਮੇਰੇ ਵੱਲ ਤਾਂ ਫਾਟਕ ਲਾਈ ਖੜੀ ਹੈ ਤੇ ਉਹ ਜਿਹਦੇ ਘਰੇ ਵਾਲੇ ਅੱਗੇ ਖੜੀ ਉਹ ਕਿਹੜਾ ਭਲਾ ਮਾਨਸ ਹੈਲੋ ਉਹ ਆ ਜਾ ਇਹ ਤਾਂ ਪਹਿਲਾਂ ਹੀ ਪੱਥਰ ਪਾਣਾ ਹੈ ਇੱਧਰ ਆ ਜਾ ਕਿਉਂ ਛੇਤੀ ਮਰਨਾ ਤੂੰ ਹੈਲੋ ਕੋਈ ਆ ਜਾ ਭੈਣ ਬਣ ਕੇ ਆ ਜਾ ਨਾ ਕਰ ਅੜੀਆਂ ਲੱਗ ਜਾ ਆਕੇ ਉੱਠ ਮੇਰੀ ਹੇ ਮਾਮਾ ਲੈਣੀਏ ਮੈਂ ਖੂਟੋ ਪੇ ਵਿੱਚ ਡੁੱਬ ਕੇ ਮਰ ਜੂ ਲੱਭਣੀ ਨਹੀਂ ਤੂੰ ਪਾਲਣੀਏ ਕੀ ਆਖਿਆ ਉਹ ਨਾ ਕਰ ਅੜੀਆਂ ਲੱਗ ਜਾ ਆਕੇ ਉੱਠ ਮੇਰੀ ਹੇ ਮਾਮਾ ਲੈਣੀਏ ਮੈਂ ਖੂਟੋ ਪੇ ਵਿੱਚ ਡੁੱਬ ਕੇ ਮਰ ਜੂ ਲੱਭਣੀ ਨਹੀਂ ਤੂੰ ਪਾਲਣੀਏ ਇੱਕ ਬੰਦੇ ਦੀ ਐ ਲੜਕੇ ਨਾ ਤੀਵੀਂ ਨਹਿਰ ਚ ਛਾਲ ਮਾਰ ਗਈ ਉਹ ਜਿਹੜੇ ਪਾਸੇ ਪਾਣੀ ਆਉਂਦਾ ਸੀ ਉਧਰ ਨੂੰ ਤੁਰਿਆ ਜਾ ਨਾਲ ਇੱਕ ਬੰਦਾ ਉਹ ਕਹਿੰਦਾ ਗੱਲ ਸੁਣ ਮੂਰਖਾ ਤੇਰੇ ਬੱਚਿਆਂ ਦੀ ਮਾਂ ਹੈ ਤੇਰਾ ਪਰਿਵਾਰ ਹੈ ਇੱਧਰ ਚੱਲੀਏ ਜਿੱਧਰ ਪਾਣੀ ਜਾ ਰਿਹਾ ਆਪਾਂ ਉਧਰ ਰਿੜ ਕੇ ਗਈ ਹੋਣੀ ਆ ਉਹ ਕਹਿੰਦਾ ਨਹੀਂ 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 ਤੈਨੂੰ ਨਹੀਂ ਪਤਾ ਪਹਿਲੇ ਦਿਨ ਪੁੱਠੇ ਪਾਸੇ ਜਾਂਦੀ ਸੀ ਉਹਨਾਂ ਨਾ ਕਰ ਅੜੀਆਂ ਲੱਗ ਜਾ ਆਕੇ ਫੁੱਟ ਮੇਰੀ ਗਈ ਮਾਮਾ ਲੈਣੀਏ ਫੁੱਟੋ ਪੇ ਵਿੱਚ ਡੁੱਬ ਕੇ ਮਰ ਜੂ ਲੱਭਣੀ ਨਹੀਂ ਤੂੰ ਪਾਲਣੀਏ ਉਹ ਤੇਰੇ ਹੱਥ ਹਕੂਮਤ ਕਰਦੀ ਸਭ ਕੰਮ ਕਾਰ ਸੰਭਾਲਣੀਏ ਇਹੋ ਜੀ ਕੀ ਚੌਂਦਰ ਕਿਸੇ ਨੇ ਚੁੱਲ੍ਹੇ ਦੇ ਵਿੱਚ ਪਾਲਣੀਏ ਤੇਰੇ ਹੱਥ ਹਕੂਮਤ ਕਰਦੀ ਸਭ ਕੰਮ ਕਾਰ ਸੰਭਾਲਣੀਏ ਇਹੋ ਜੀ ਕੀ ਚੌਂਦਰ ਕਿਸੇ ਨੇ ਚੁੱਲ੍ਹੇ ਦੇ ਵਿੱਚ ਪਾਲਣੀਏ ਉਹ ਗਿੱਜੇ ਲੱਤਾਂ ਖਾਣ ਜੋ ਪੂਤ ਗਿੱਜੇ ਲੱਤਾਂ ਖਾਣ ਜੋ ਪੂਤ ਆਉਂਦੇ ਕਦੋਂ ਗੱਲਾਂ ਨਾਲ ਦੂਤ ਆਉਂਦੇ ਕਦੋਂ ਗੱਲਾਂ ਨਾਲ ਕੋਈ ਖੜੀ ਹੁਣ ਤੂੰ ਕਾਈ ਖੜੀਏ ਜੂਤ ਤੇ ਹੋਣੇ ਪਵਾੜਾ ਪੈ ਜੂਗਾ ਉਹ ਇੱਕ ਮਿੰਟ ਦੇ ਅੰਦਰ ਚੀਕ ਚਿਹਾੜਾ ਪੈ ਜੂਗਾ ਇੱਕ ਮਿੰਟ ਦੇ ਅੰਦਰ ਚੀਕ ਚਿਹਾੜਾ ਪੈ ਜੂਗਾ ਕੇ ਤੈਨੂੰ ਫਿਕਰ ਤੇਰੇ ਇਸ ਕਰਦਾ ਨਾ ਪੀਟਰ ਜਿੰਨਾ ਖਰਚਾ ਤੇਰਾ ਟੱਕਾ ਦੂਰਾ ਕਰਦਾ ਨਾ ਉਹ ਮੇਰੇ ਨਾਲੋਂ ਵੱਧ ਕੇ ਤੈਨੂੰ ਫਿਕਰ ਤੇਰੇ ਇਸ ਕਰਦਾ ਨਾ ਬੱਚਿਆਂ ਦੇ ਗਲ ਗੂਠਾ ਦਿੰਦਾ ਵੈਂਦੀ ਕਿਧਰੇ ਮਰਦਾ ਨਾ ਨੀ ਜੇ ਤੂੰ ਬੜਾ ਗੁੱਸਾ ਕਰਦੀ ਅੱਜ ਤੂੰ ਮੂੰਹ ਤੇ ਧਰਦਾ ਨਾ ਅਜੇ ਮੌਕਾ ਸਾਵਣਾ ਵੇਲਾ ਜਲੇ ਆ ਨਾ ਬੱਲੇ ਢੇਲਾ ਵੇਖੀ ਤੁਰ ਫਿਰ ਕੇ ਤੂੰ ਮੇਲਾ ਦਰ ਦਰ ਧੱਕੇ ਖਾਵੇਂਗਾ ਵੇ ਅਸੀਂ ਵਾਲੇ ਅਨਪੜ ਵਾਂਗੂ ਗਲਾਸ ਪਲੇਟਾਂ ਚੱਕੀ ਆਵੇਂਗੀ
जिन्ना आ गया बिच जिन्ना आ गया सवार चलिए नी कूड़े गुट नू मरो बिच जिन्ना आ गया सवार नडिए कूड़े गुट नू मरो बुढ़े पैसे मारते एक शुगल मारते है हूँ जो पैसे बह नहीं ना बीबी तो अपड़ी पर श्री चंद जिडी लम्मी कर लें मैं बेनती करना भी गाना मुक लैन का करो यार तुसी फिर पैसे दे जे असी पैसे नहीं मंगते असी तुहाडे तो चाहते हैं तुसी गाना सुन लो कमेटी भी खुश हो जाए ऑडियंस खुश हो जाए उस तों बाद पैसे भावें तुसी इहदे च पा दे जिन्ने हो स्वाद मकने नी कूड़े गुट नू मरो पिछी जिन्ना आ गया स्वाद चलिए कूड़े गुट नू मरो चावा बारे बारे तेरी तस्वीर तो कुड़े चावा बारे बारे तेरी तस्वीर तो कुड़े नी तू कटनी सियाला वाले हीर तो कुड़े नी तू कटनी सियाला वाले हीर तो कुड़े ओ काले जे चुका डिलिन ओ काले जे चुका डिलिन आये यो ओ काले जे चुका डिलिन रोग पर की नी जदो गसे मुख मोड़ ओ काले जे चुका डिलिन पर की नहीं जो तू गस मुख मोड़ के दस किथे आया तैनू टुट पैणे आवे वंग छगणा दी तोड़ के दस किथे आया तैनू टुट पैणे आ वंग छगणा दी तोड़ के बुजुर्गो मैं थोड़ी खिदमत हाजिर हाँ पैसे नो वी जमीर है यार सामने ना आया ना वो ये जे पैसे नहीं चाहिए यार मैनू नहीं प्यार पर दूर होके सुने आराम पढ़ाई चले करो कोई गल कोई गल नहीं तुझे ना करो पूरी पंजाब वाली जगह बहुत अपने को मजा आना सामने देखने रूप और रब दे प्यारे मंत लोग बाबा जी की हाजरी के
ਪੱਗ ਜਦੋਂ ਜੁਲਫਾਂ ਸਵਾਰਦੀ ਲਾਲ ਸੂਟ ਪੱਗ ਜਦੋਂ ਜੁਲਫਾਂ ਸਵਾਰਦੀ ਸੰਗੋਵਾਲੀਏ ਦੇ ਸੀਨੇ ਵਿੱਚ ਡੰਗ ਮਾਰਦੀ ਸੰਗੋਵਾਲੀਏ ਦੇ ਸੀਨੇ ਵਿੱਚ ਡੰਗ ਮਾਰਦੀ ਉਹ ਤੇਰੇ ਤੇ ਜਵਾਨੀ ਵਾਲਾ ਉਹ ਤੇਰੇ ਤੇ ਜਵਾਨੀ ਵਾਲਾ ਹੜ ਚੱਲੀਏ ਨੀ ਕਿਤੇ ਲੈ ਨਾ ਜਾਵੇ ਰੋੜ ਤੇਰੇ ਤੇ ਜਵਾਨੀ ਵਾਲਾ ਹੜ ਮੱਖਣੀ ਨੀ ਕਿਤੇ ਲੈ ਨਾ ਜਾਵੇ ਰੋੜ ਕੇ ਤੇਰੇ ਤੇ ਜਵਾਨੀ ਟੁੱਟ ਪੈਣਿਆ ਵੇ ਵਾਂਗ ਛਗਣਾ ਦੀ ਤੋੜ ਉਹ ਪਿੱਛੇ ਜਿੰਨਾ ਆ ਗਿਆ ਸਵਾਦ ਮੱਖਣੀ ਨੀ ਕੁੜੇ ਗੁੱਤ ਨੂੰ ਮਰੋੜ ਪਿੱਛੇ ਜਿੰਨਾ ਆ ਗਿਆ ਸਵਾਦ ਨੱਡੀਏ ਕੁੜੇ ਗੁੱਟ ਨੂੰ ਮਰੋ ਪ੍ਰਭੂ ਤਿਲ ਨੀ ਮਾਰਦੀ ਲਾਲ ਬੜੀ ਲਿਸ਼ਕਾਰੇ ਦੀ ਗੱਲ ਕਰਦੇ ਹਾਂ ਦਾਰੂ ਪੀਣੀ ਉਂਝ ਤਾਂ ਮਾੜੀ ਹੈ ਪਰ ਦਾਰੂ ਵੀ ਮਿੱਤਰਾਂ ਦੇ ਨੈਣਾਂ ਚੋਂ ਪੀਤੀ ਜਾਵੇ ਤਾਂ ਕਿੰਨੀ ਚੰਗੀ ਗੱਲ ਹੈ ਜ਼ਰਾ ਗੌਰ ਨਾਲ ਮੇਰਾ ਪਰਸਨਲ ਸ਼ੇਰ ਸੁਣਾਉਣ ਲੱਗੇ ਦੱਸੋ ਕਿਹੜੇ ਹਕੀਮ ਕੋਲ ਚਾਹੀਦਾ ਵਾਲਾ ਥੱਕੀ ਸੋਹਣਾ ਬੋਲਦਾ ਨਹੀਂ ਤੇ ਦੱਸੋ ਕਿਸ ਤਰ੍ਹਾਂ ਹੋਰ ਬੁਲਾਈਦਾ ਜਦੋਂ ਕੋਈ ਸਹਾਰਾ ਨਾ ਰਹਿ ਕਿਧਰੇ ਉਦੋਂ ਸਿੱਧਾ ਹੀ ਠੇਕੇ ਤੇ ਆਈਦਾ ਉਹ ਮੈਨੂੰ ਇਸ ਵਿੱਚੋਂ ਦਿਸੇ ਯਾਰ ਰਮਣਾ ਤੇ ਪੈਗ ਤਾਈ ਨਤ ਆਥਣੇ ਲਾਈਦਾ ਅੱਲਾ ਪ੍ਰਭੂ ਤਿਲ ਨੀ ਮਾਰਦੀ ਲਾਲ ਪਰੀ ਲਿਸ਼ਕਾਰ ਚੱਕ ਪ੍ਰਭੂ ਤਿਲ ਨੀ ਮਾਰਦੀ ਲਾਲ ਪਰੀ ਲਿਸ਼ਕਾਰ ਚੱਕ ਪ੍ਰਭੂ ਤਿਲ ਨੀ ਮਾਰਦੀ ਲਾਲ ਪਰੀ ਲਿਸ਼ਕਾਰ ਹੋ ਯਾਰ ਦਿਲ ਦਾ ਨਮੂਨਾ ਡਾਢ ਪੱਟੀ ਮੁਟਿਆਰ ਉਹ ਯਾਰਾਂ ਦੀ ਬੋਤਲ ਦਾ ਮੂਨਾ ਡੱਟ ਪੱਟੀ ਮੁਟਿਆਰ ਉਹ ਯਾਰਾਂ ਦੀ ਬੋਤਲ ਦਾ ਮੂਨਾ ਡਾਢ ਪੱਟੀ ਮੁਟਿਆਰ ਨਾ ਹੈਂਕੜ ਚੱਲਦਾ ਵੇ ਦੰਦੀਆਂ ਪੀਂਦਾ ਏ ਪਿੰਡ ਸਾਰਾ ਬਾਬਾ ਜੀ ਜਿੱਥੇ ਵਰਖਾ ਕਰ ਰਹੇ ਨੇ ਸਾਨੂੰ ਤਾਂ ਇਹਨਾਂ ਦੀ ਸਵੱਲੀ ਨਜ਼ਰ ਹੀ ਬਹੁਤ ਕਾਫੀ ਸੀ ਪਰ ਉਹਨਾਂ ਦੇ ਮੁਬਾਰਕ ਹੱਥਾਂ ਨਾਲ ਬਹੁਤ ਸਾਰਾ ਮਾਣ ਕੀਤਾ ਗਿਆ ਗਵਾਈਆਂ ਦਾ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਰੱਖਦਾ ਨੀ ਉਹ ਕਾਲੀ ਡਾਂਗ ਚ ਕੂਕੇ ਜੜ ਕੇ ਵੇਖਣਾ ਲੜਕੇ
ਮੋਢੇ ਤੇ ਰੱਖਦਾ ਨੀ ਕਾਲੀ ਡਾਂਗ ਚ ਕੁੱਤੇ ਜੜ ਕੇ ਵੇਖਣਾ ਲੜਕੇ ਰੱਖੇ ਡੱਬ ਵਿੱਚ ਚੋਰੀ ਦਾ ਰੱਖਦਾ ਡੱਬ ਵਿੱਚ ਚੋਰੀ ਦਾ ਨੀ ਪਸਤੌਲ ਸਦਾਈ ਭਰ ਕੇ ਜਵਾਨਾ ਡਰ ਕੇ ਰੱਖੇ ਡੱਬ ਵਿੱਚ ਚੋਰੀ ਦਾ ਨੀ ਪਸਤੌਲ ਸਦਾਈ ਭਰ ਕੇ ਜਵਾਨਾ ਡਰ ਕੇ ਤੈਨੂੰ ਕੁਝ ਨਾ ਹੋ ਜਾਵੇ ਕਿਤੇ ਨਾ ਤੂੰ ਕੋਈ ਕਰ ਲਈ ਕਾਰਾ ਤੈਨੂੰ ਕੁਝ ਨਾ ਹੋ ਜਾਵੇ ਕਿਤੇ ਨਾ ਤੂੰ ਕੋਈ ਕਰ ਲਈ ਕਾਰਾ ਚੰਦ ਵਾਂਗੂ ਛਿਪ ਜਾਏਗਾ ਤੂੰ ਤਾਂ ਦੀ ਲੱਗਰ ਬਦਲਿਆ ਯਾਰਾ ਚੰਦ ਵਾਂਗੂ ਛਿਪ ਜਾਏਗਾ ਤੂੰ ਤਾਂ ਦੀ ਲੱਗਰ ਬਦਲਿਆ ਯਾਰਾ ਨਸ਼ੇ ਵਿੱਚ ਖਿੜਦਾ ਕਮਲ ਜਾ ਛਿੜਦਾ ਡੱਕਿਆ ਹੋਇਆ ਦਾਰੂ ਦਾ ਗਲੀ ਵਿੱਚ ਬੱਕਰੇ ਬੁਲਾਉਂਦਾ ਫਿਰਦਾ ਕਾਲ ਜਾ ਖਿੜਦਾ ਡੱਕਿਆ ਹੋਇਆ ਦਾਰੂ ਦਾ ਗਲੀ ਵਿੱਚ ਬੱਕਰੇ ਬੁਲਾਉਂਦਾ ਫਿਰਦਾ ਕਾਲ ਜਾ ਖਿੜਦਾ ਸੇ ਦਿੱਤਿਆ ਬਾਜੋ ਨਾਰੀ ਸਿਰ ਦਿੱਤਿਆ ਬਾਜੋ ਨਾ ਈਰੀਏ ਮਿਲਦੇ ਮਿੱਤਰ ਪਿਆਰੇ ਸਿਰ ਦਿੱਤਿਆ ਬਾਜੋ ਨਾ ਈਰੀਏ ਮਿਲਦੇ ਮਿੱਤਰ ਪਿਆਰੇ ਤੂੰ ਯਾਰਾਂ ਦੀ ਬੋਤਲ ਦਾ ਬਦਰ ਸਾਨੂੰ ਆਪਦੇ ਵੱਲੋਂ ਵੀ ਪ੍ਰੋਗਰਾਮ ਕਰਨ ਦੇ ਤੁਹਾਡੀਆਂ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ ਮੈਨੂੰ ਰੁਟੀਨ ਆਪਦਾ ਨਾ ਮੈਂ ਆਪਦੇ ਰੁਟੀਨ ਨਾਲ ਸੈਟਿਸਫਾਈ ਕਰਾਉਣਾ ਚਾਹੁੰਦਾ ਤੇਰਾ ਜਿੰਨੇ ਵੀ ਤੇਰੇ ਤੁਹਾਡੇ ਗੀਤ ਨੇ ਉਹ ਮੈਂ ਜ਼ਰੂਰ ਗਾਊਂਗਾ ਤੇਰੇ ਕਾਕਿਆਂ ਦੇ ਤੇਰਾ ਗੀਤ ਵੀ ਜ਼ਰੂਰ ਗਾਉਣਾ ਭਾਵੇਂ ਤੂੰ ਬੁੜਾ ਹੀ ਆ ਪਰ ਅਜੇ ਵੀ ਤੇਰਾ ਹਿਸਾਬ ਕਿਤਾਬ ਹੋਰ ਆ ਲਾਲ ਪਰੀ ਦਾ ਪੈਗ ਫੜ ਕੇ ਲਾਲ ਪਰੀ ਦਾ ਪੈਗ ਫੜ ਕੇ ਜਦ ਯਾਰ ਬੁੱਕਲ ਵਿੱਚ ਬਹਿ ਜੇ ਨਸ਼ਾ ਕੀ ਲੈ ਜਾ ਲਾਲ ਪਰੀ ਦਾ ਪੈਗ ਫੜ ਕੇ ਉਹ ਜੇ ਯਾਰ ਬੁੱਕਲ ਵਿੱਚ ਬਹਿ ਜੇ ਨਸ਼ਾ ਕੀ ਲੈ ਜਾ ਫਿਰ ਕਿਨੂੰ ਹੋਸ਼ ਰਵੇ ਫਿਰ ਕਿਨੂੰ ਹੋਸ਼ ਰਵੇ ਪੈਂਦਾ ਹੈ ਤਾਂ ਫੁਆਰਾ ਪੈ ਜੇ ਭਾਵੇਂ ਸਿਰ ਲੈ ਜਾ ਫਿਰ ਕਿਨੂੰ ਹੋਸ਼ ਰਵੇ ਉਹ ਪੈਂਦਾ ਹੈ ਤਾਂ ਫੁਆਰਾ ਪੈ ਜੇ ਭਾਵੇਂ ਸਿਰ ਲੈ ਜਾ ਹਰ ਹਰ ਕੰਬ ਜਾਂਦੀ ਤੇਰਾ ਸੁਣ ਕੇ ਵੇ ਲਲਕਾਰਾ ਮੈਂ ਹਰ ਹਰ ਕੰਬ ਜਾਂਦੀ ਲੈ ਕੇ ਚੜ ਗਿਆ ਜੱਟ ਚਵਾਰੇ ਲਾਉ ਵਰਗੀ ਟਿੱਕੇ ਦੀ ਨੀ ਲੈ ਕੇ ਚੜ ਗਿਆ ਜੱਟ ਚਵਾਰੇ ਉਹ ਯਾਰਾਂ ਦੀ ਬੋਤਲ ਦਾ ਮੂੰਹ ਨਾ ਢਾਡ ਪੱਟੀ ਮੁਟਿਆਰੇ ਹਰ ਯਾਰਾਂ ਦੀ ਬੋਤਲ ਦਾ ਮੂੰਹ ਨਾ ਢਾਡ ਪੱਟੀ ਮੁਟਿਆਰੇ ਕੋਈ ਮੂਹਰੇ ਕਰਦਾ ਨਹੀਂ ਨੀ ਕੋਈ ਮੂਹਰੇ ਕਰਦਾ ਨਹੀਂ ਸੁਣ ਕੇ ਯਾਰ ਤੇਰੇ ਦੀਆਂ ਬੜਕਾਂ ਬੱਦਲ ਜਿਉਂ ਗੜਕਾ ਕੋਈ ਮੂਹਰੇ ਕਰਦਾ ਨਹੀਂ ਸੁਣ ਕੇ ਯਾਰ ਤੇਰੇ ਦੀਆਂ ਬੜਕਾਂ ਬੱਦਲ ਜਿਉਂ ਗੜਕਾ ਤੱਕ ਬਿਕਰੀਆਂ ਸ਼ੀਨੂੰ ਬਿਕਰੀਆਂ ਸ਼ੀਨੂੰ ਵੈਲੀ ਵੇਲੀਆਂ ਕਰ ਦੇਣ ਸੜਕਾਂ ਕਰ ਦੂਰ ਅੜਕਾ ਤੱਕ ਬਿਕਰੀਆਂ ਸ਼ੀਨੂੰ ਵੈਲੀ ਵੇਲੀਆਂ ਕਰ ਦੇਣ ਸੜਕਾਂ ਕਰ ਦੂਰ ਅੜਕਾ ਜੇ ਹੱਥ ਜੁੜ ਕੇ ਅੜਪਾਣਾ ਤੇਰਾ ਕੋਈ ਕਰ ਦੂ ਪਾਰੇ ਉਤਾਰਾ ਜੇ ਹੱਥ ਜੁੜ ਕੇ ਅੜਪਾਣਾ ਤੇਰਾ ਕੋਈ ਕਰ ਦੂ ਪਾਰੇ ਉਤਾਰਾ ਚੰਦ ਵਾਂਗੂ ਛਿਪ ਜਾਏਗਾ ਤੂੰ ਤਾਂ ਦੀ ਲੰਗਰ ਬਦਲਿਆ ਯਾਰਾ ਚੰਦ ਵਾਂਗੂ ਛਿਪ ਜਾਏਗਾ ਤੂੰ ਤਾਂ ਦੀ ਲੰਗਰ ਬਦਲਿਆ ਯਾਰਾ ਆ ਕੇ ਖੜਦਾ ਮੋੜਾ ਤੇ ਵੇ ਤੂੰ ਲੈ ਮੁੰਡਿਆਂ ਦੀ ਢਾਣੀ ਇਹ ਗਲਤ ਕਹਾਣੀ ਆ ਕੇ ਖੜਦਾ ਮੋੜਾ ਤੇ ਵੇ ਤੂੰ ਲੈ ਮੁੰਡਿਆਂ ਦੀ ਢਾਣੀ ਇਹ ਗਲਤ ਕਹਾਣੀ ਸਿੰਘ ਫਸ ਕੇ ਕੁੱਟੀਆਂ ਦੇ ਕਰਕੇ ਵੇ
ਵੇਗਲਵੀ ਪਾਸੇ ਕਰਕੇ ਵੇਗਲਵੀ ਪਾਸੇ ਕਰਕੇ ਵੇਗਲਵੀ ਖੜਕ ਵੇਗਲਵੀ ਨੀ ਜੱਟ ਪਾਉਂਦਾ ਕਿਵੇਂ ਕਲਾਰੇ ਉਹ ਯਾਰਾਂ ਦੀ ਬੋਤਲ ਦਾ ਮੁੰਨਾ ਡੱਟ ਪਤੀ ਮੁਟਿਆਰੇ ਉਹ ਯਾਰਾਂ ਦੀ ਬੋਤਲ ਦਾ ਮੁੰਨਾ ਡੱਟ ਪਤੀ ਮੁਟਿਆਰੇ ਮੁੰਨਾ ਡੱਟ ਪਤੀ ਮੁਟਿਆਰੇ ਮੁੰਨਾ ਡੱਟ ਪਤੀ ਮੁਟਿਆਰੇ ਹੈ ਨੀ ਡੱਟ ਪਤੀ ਮੁਟਿਆਰੇ ਬਈ ਸਾਨੂੰ ਤਾਂ ਭਾਵੇਂ ਕੁਛ ਨਾ ਕਿਹਾ ਜੇ ਪਰ ਫਕਰਾਂ ਦੇ ਨਾਂ ਦੀ ਦਰਬਾਰ ਦੇ ਨਾਂ ਦੀ ਇੱਕ ਕੱਢ ਕੇ ਤਾੜੀ ਲਾ ਦਿਓ ਕੋਈ ਹੱਥ ਵਿਹਲਾ ਨਹੀਂ ਹੋਣਾ ਚਾਹੀਦਾ ਹਾਂ ਬਾਦਲ ਹੁਣ ਤੂੰ ਖੜਾ ਹੋ ਕੇ ਦੱਸ ਵੀ ਤੇਰੀ ਫਰਮਾਇਸ਼ ਕੀ ਆ ਥੋੜ੍ਹਾ ਥੋੜ੍ਹਾ ਰੁਟੀਨ ਨਾਲ ਆਪਾਂ ਨਹੀਂ ਨਹੀਂ ਆ ਜਾ ਫਿੱਕੇ ਦਾ ਪਿੰਡ ਹੋ ਵਾਹ 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 ਹਾਂ ਵੀ ਕਾਕਾ ਬਾਜੀ ਬੜੀ ਮਿਹਰਬਾਨੀ ਖੁਸ਼ ਨਸੀਬਾਂ ਸੀ ਇੱਕ ਮਿੰਟ ਹੁਣ ਗਾਣਾ ਸ਼ੁਰੂ ਕਰ ਦਈਏ ਉਹ ਪਤਾ ਕੀ ਗੱਲ ਹੈ ਉਹਨਾਂ ਨੂੰ ਇਹ ਨਾ ਹੋਵੇ ਵੀ ਟਾਈਮ ਸਰ ਨਹੀਂ ਨਹੀਂ ਸੁਣੋ ਜ਼ਰਾ ਗੱਲ ਹਾਂ ਗੱਲ ਦਾਰੂ ਦੀ ਹੈ ਫੌਜੀ ਛੁੱਟੀ ਆਇਆ ਫੌਜੀ ਛੁੱਟੀ ਆਇਆ ਤੇ ਇੱਕ ਗੁਆਂਢ ਵਿਆਂਦੜ ਜੋੜਾ ਉਹ ਮਹਿਸੂਸ ਕਰਦਾ ਵੀ ਮੈਂ ਦੇਸ਼ ਦੀ ਸੇਵਾ ਤਾਂ ਬੜੀ ਕਰ ਲਈ ਹੁਣ ਕਿਤੇ ਘਰ ਵਾਲੀ ਦੀ ਵੀ ਸੇਵਾ ਕਰਕੇ ਦੇਖੀ ਸੁਣੋ ਤਾਂ ਰਾਗੀ ਕਹਿੰਦਾ ਦੋ ਲਾਈਨਾਂ ਕਹਿ ਰਿਹਾ ਮੇਰੇ ਉਸਤਾਦ ਜੀ ਹੋਰਾਂ ਦਾ ਲਿਖਿਆ ਸ਼ੇਰ ਜੋਗੀ ਕਹੇ ਤੋਤੇ ਕੁੱਗੀਆਂ ਤੇ ਜੀ ਅਜੰਤ ਲੋਕ ਕਿਹੜੀਆਂ ਹੁੰਦੀਆਂ ਨੇ ਪੱਗ ਮਾਰੀਆਂ ਤੇ ਕਰੀ ਹੁੰਦੇ ਨੇ ਜਿਨ੍ਹਾਂ ਦੇ ਕੰਤ ਲੋਕ
ਪੇਕਿਆਂ ਦਾ ਪਿੰਡ ਹੋਵੇ ਮਾਹੀ ਮੇਰਾ ਆਇਆ ਹੋਵੇ, ਉਹ ਕਰਦੀ ਸ਼ਰਾਬ ਹੋਵੇ ਪੈਗ ਸ਼ਕਲ ਆਇਆ ਹੋਵੇ, ਪੇਕਿਆਂ ਦਾ ਪਿੰਡ ਹੋਵੇ ਮਾਹੀ ਮੇਰਾ ਆਇਆ ਹੋਵੇ, ਕਰਦੀ ਸ਼ਰਾਬ ਗੋਲੀਆਂ ਦੇ ਵਿੱਚ ਨੀ ਜ਼ਰੂਰ ਜੇ ਆਇਆ ਹੋਵੇ, ਹਲਗਨ ਮਾਰੀ ਸਾਡਾ ਵੇੜੇ ਵਿੱਚ ਡਾਇਆ ਹੋਵੇ, ਅੱਖੀਆਂ ਦੇ ਵਿੱਚ ਨੀ ਜ਼ਰੂਰ ਜੇ ਆਇਆ ਹੋਵੇ, ਜੋਬਰ ਰੁੱਤੇ ਹਰ ਕੋਈ ਜੋਣਾ, ਜੋਬਰ ਰੁੱਤੇ ਹਰ ਕੋਈ ਜੋਣਾ, ਖੁੱਲ ਖੇਡ ਜੀ ਚਾਹੁੰਦਾ। ਬੁੜੀ ਨੀ ਚੇਤੇ ਆਉਂਦੀ ਕਈਆਂ ਨੂੰ ਐਜ ਟਾਈਮ ਤੇ, ਆਲੇ ਦਾਲੇ ਚੁੱਪ ਹੋਵੇ ਵੱਖਰੀ ਜੀ ਤਾਂ ਹੋਵੇ, ਮੈਂ ਤੇ ਮੇਰਾ ਮਾਇਆ ਹੋਵੇ ਤਾਰਿਆਂ ਦੀ ਛਾਂ, ਆਲੇ ਦਾਲੇ ਚੁੱਪ ਹੋਵੇ ਵੱਖਰੀ ਜੀ ਤਾਂ ਹੋਵੇ, ਮੈਂ ਤੇ ਮੇਰਾ ਮਾਹੀ ਹੋਵੇ ਤਾਰਿਆਂ ਦੀ ਛਾਂ ਹੋਵੇ, ਜੱਟ ਦੇ ਸਰਾਣੇ ਥੱਲੇ ਚੂੜੇ ਵਾਲੀ ਪਾਂ ਹੋਵੇ, ਅੱਧੀ ਰਾਤ ਲੰਘੀ ਹੋਵੇ ਅੱਧੀ ਗੁੰਮ ਛਾਂ, ਉਹ ਚਿੱਟੇ ਜਲ ਦੇ ਨਾ ਪੁਨ ਕੀਤੇ ਰੀ, ਉਹ ਚਿੱਟੇ ਜਲ ਦੇ ਨਾ ਪੁਨ ਕੀਤੇ, ਉਹ ਸ਼ੁਗਲ ਮਨਾਉਂਦਾ ਨਹੀਂ, ਮੈਂ ਕਹੇ ਜੇ ਟਾਈਮ ਸੌਣ ਦਾ ਮਹੀਨਾ ਹੋਵੇ ਠੰਡੀ ਠੰਡੀ ਪੌਣ ਹੋਵੇ, ਫੁੱਲਾਂ ਨਾਲ ਪੌਰ ਜਿਵੇਂ ਘਰ ਦਾ ਕਲੋਲ ਹੋਵੇ, ਇੱਕ ਮੇਰਾ ਢੋਲ ਹੋਵੇ ਬੈਠਾ ਮੇਰੇ ਕੋਲ ਹੋਵੇ, ਫੁੱਲਾਂ ਨਾਲ ਪੌਰ ਜਿਵੇਂ ਘਰ ਦਾ ਕਲੋਲ ਹੋਵੇ, ਵੇਖਾਣ ਦੇ ਹਾਣੀ ਨੂੰ, ਵੇਖਾਣ ਦੇ ਹਾਣੀ ਨੂੰ ਦਿਲ ਆਪੇ ਹੀ ਨਸ਼ੇ ਆਉਂਦਾ, ਮੈਂ ਕਹੇ ਟਾਈਮ ਤੇ ਰੱਬ ਨੇ ਚੇਤੇ ਆਉਂਦਾ ਲੱਚੀ ਆਇਆ ਟਾਈਮ ਤੇ, ਕੱਖ ਨੀ ਚੇਤੇ ਆਉਂਦਾ ਨੀ ਵੀਰੀ ਐ ਟਾਈਮ ਤੇ, ਗੋਰੀ ਚਿੱਟੀ ਨਾਰ ਹੋਵੇ ਘਰ ਦਾ ਸ਼ਿੰਗਾਰ ਹੋਵੇ, ਸੌਣ ਦਾ ਮਹੀਨਾ ਹੋਵੇ ਤੀਆਂ ਦਾ ਤਿਉਹਾਰ ਹੋਵੇ, ਗੋਰੀ ਚਿੱਟੀ ਨਾਰ ਹੋਵੇ ਘਰ ਦਾ ਸ਼ਿੰਗਾਰ ਹੋਵੇ, ਸੌਣ ਦਾ ਮਹੀਨਾ ਹੋਵੇ ਤੀਆਂ ਦਾ ਤਿਉਹਾਰ ਹੋਵੇ, ਉਸ ਵੇਲੇ ਦੱਸ ਵੀਰ ਤੇਰਾ ਕੀ ਵਿਚਾਰ ਹੋਵੇ, ਹੱਥ ਮੇਰਾ ਮਾਹੀ ਮੇਰੇ ਬਾਹਾਂ ਵਿੱਚ ਕਾਰ ਹੋਵੇ, ਉਹ ਲੈਣੇ ਵਾਲਾ ਮੁੰਡਾ ਨੀ, ਉਹ ਲੈਰੇ ਵਾਲਾ ਮੁੰਡਾ ਤੇਰੇ ਅੰਗ ਅੰਗ ਤਾਈ ਸਲਾਉਂਦਾ ਨੀ, ਮੈਂ ਕਹੇ ਜੇ ਟਾਈਮ ਤੇ ਉਹ ਰੱਬ ਨੀ ਚੇਤੇ ਆਉਂਦਾ ਕਮਲੀਏ ਐ ਜੇ ਟਾਈਮ ਤੇ, ਕੱਖ ਨੀ ਚੇਤੇ ਆਉਂਦਾ ਨੀ ਮੈਂ ਕਹੇ ਟਾਈਮ ਤੇ। ਹਾਂ ਦੂਜੀ ਫਰਮਾਇਸ਼ ਇਹਨਾਂ ਦੀ ਇਹ ਹੈ, ਇਹ ਇਕੱਲਾ ਇਹਨਾਂ ਦੀ ਫਰਮਾਇਸ਼ ਨਹੀਂ, ਨੌਜਵਾਨ ਸਾਰੇ ਯੰਗ ਪੀੜ੍ਹੀ ਵੀ ਖੜੇ ਆ, ਮਿਲਣ ਦੀ ਕਤਾਹੀ ਹੋ ਗਈ, ਸੁਪਨਾ ਹੋ ਗਈ ਪਾਲੀਏ ਮਿਲਣਾ ਵੀ ਰਹਿ ਗਈ, ਪੇਸ਼ ਕਰ ਰਿਹਾ ਜ਼ਰਾ ਗੌਰ ਕਰਨਾ। ਸਹਿਜ ਸੁਭਾਅ ਮੈਂ ਵਸਲ ਦੀ ਗੱਲ ਕੀਤੀ ਤੇ ਅੱਗੋ ਹੱਸ ਕੇ ਕਿਆ ਦਿਲਦਾਰ, ਪਰਸੋਂ ਲੰਘ ਗਈ ਵੇਂਦਿਆਂ ਵੇਂਦਿਆਂ ਦੀ, ਅਜੇ ਆਈ ਨਾ ਮੇਰੀ ਸਰਕਾਰ ਪਰਸੋਂ, ਇਹਦਾ ਮਿੱਤਰਾਂ ਦੇ ਨਾਲ ਕਰੀਦੀ ਨਹੀਂ ਤੇਰੇ ਅੜੀਕ ਦਾ ਤੈਨੂੰ ਕਰਤਾਰ, ਪਰਸੋਂ ਇਹ ਦਾ ਮਿੱਤਰਾਂ ਦੇ ਨਾਲ ਕਰੀਦੀ ਨਹੀਂ ਤੇਰੇ ਅੜੀਕ ਦਾ ਤੈਨੂੰ
ਮੈਨੂੰ ਕਰਤਾਰ ਪਰਸੋਂ ਕਹਿੰਦੇ ਆਸ਼ਕਾਂ ਦੀ ਪਰਸੋਂ ਨਹੀਂ ਆਉਂਦੀ ਤੇ ਤਾਂ ਆਈ ਨੀ ਮੇਰੀ ਸਰਕਾਰ ਪਰਸੋਂ ਕਾਲਜ ਵਿੱਚ ਮਾਰਾਂ ਗੇੜਾ ਵੇਖਣ ਨੂੰ ਮੁਕੜਾ ਤੇਰਾ ਕਾਲਜ ਵਿੱਚ ਮਾਰਾਂ ਗੇੜਾ ਵੇਖਣ ਨੂੰ ਮੁਕੜਾ ਤੇਰਾ ਕਿੱਥੇ ਜਾ ਬਹਿ ਗਈ ਨੀ ਸੁਪਨਾ ਹੋ ਗਈ ਪਾਲੀ ਮਿਲਣੋ ਵੀ ਰਹਿ ਗਈ ਨੀ ਸੁਪਨਾ ਹੋ ਗਈ ਪਾਲੀ ਉਹ ਮਿਲਣੋ ਵੀ ਰਹਿ ਗਈ ਨੀ ਸੁਪਨਾ ਹੋ ਗਈ ਪਾਲੀਏ ਲੈਟਰ ਸੀ ਲਿਖਦੀ ਤੈਨੂੰ ਬਾਪੂ ਨੇ ਵੇਖਿਆ ਮੈਨੂੰ ਲੈਟਰ ਸੀ ਲਿਖਦੀ ਤੈਨੂੰ ਬਾਪੂ ਨੇ ਵੇਖਿਆ ਮੈਨੂੰ ਗੁੱਤ ਮੇਰੀ ਵੇ ਪੜਨੋ ਹਟਾਲੀ ਮਾਪਿਆਂ ਪਾਲੀ ਹੁਣ ਤੇਰੀ ਵੇ ਪੜਨੋ ਹਟਾਲੀ ਮਾਪਿਆਂ ਪਾਲੀ ਹੁਣ ਤੇਰੀ ਵੇ ਪੜਨੋ ਹਟਾਲੀ ਮਾਪਿਆਂ ਕਾਲਜ ਵਿੱਚ ਪੁੱਛਦਾ ਰਹਿੰਦਾ ਵੇਖੀ ਨੀ ਪਾਲੀ ਮੇਰੀ ਕਾਲਜ ਵਿੱਚ ਪੁੱਛਦਾ ਰਹਿੰਦਾ ਵੇਖੀ ਨੀ ਪਾਲੀ ਮੇਰੀ ਕੁੜੀਆਂ ਨੇ ਬੰਨ ਸਵਨੀਆਂ ਦਿਸਦੀ ਨਹੀਂ ਸੂਰਤ ਤੇ ਕੁੜੀਆਂ ਨੇ ਬੰਨ ਸਵਨੀਆਂ ਦਿਸਦੀ ਨਹੀਂ ਸੂਰਤ ਤੇਰੀ ਸਾਰਾ ਜੱਗ ਬੈਰੀ ਹੋ ਗਈ ਸਾਰਾ ਜੱਗ ਬੈਰੀ ਹੋ ਗਿਆ ਅਰਸ਼ੋਂ ਕੰਧ ਟਹਿ ਗਈ ਨੀ ਸੁਪਨਾ ਹੋ ਗਈ ਪਾਲੀ ਉਹ ਮਿਲਣੋ ਵੀ ਰਹਿ ਗਈ ਨੀ ਲੋਕੀ ਨੀ ਖੇੜਾ ਛੱਡਦੇ ਰੁਕਣੇ ਵਾਲੇ ਦੇ ਮੁੰਡੇ ਤੇਰੀਆਂ ਗੱਲਾਂ ਕਰਦੇ ਰੁਕਣੇ ਵਾਲੇ ਦੇ ਮੁੰਡੇ ਤੇਰੀਆਂ ਗੱਲਾਂ ਕਰਦੇ ਕੁੜੀਆਂ ਵਿੱਚ ਦਰਜਾ ਪੰਛੀ ਕੁੜੀਆਂ ਵਿੱਚ ਦਰਜਾ ਪੰਛੀ ਤੇਰੀ ਤੇ ਮੇਰੀ ਵੇ ਪੜਨੋ ਹਟਾਲੀ ਮਾਪਿਆਂ ਪਾਲੀ ਹੁਣ ਤੇਰੀ ਵੇ ਪੜਨੋ ਹਟਾਲੀ ਮਾਪਿਆਂ ਪਾਲੀ ਹੁਣ ਤੇਰੀ ਵੇ ਪੜਨੋ ਹਟਾਲੀ ਮਾਪਿਆਂ ਲੋਕਾਂ ਤੋਂ ਅੱਕ ਬਚਾ ਕੇ ਮਿਲ ਜਾਇਆ ਕਰਨੀ ਮੈਨੂੰ ਲੋਕਾਂ ਤੋਂ ਅੱਕ ਬਚਾ ਕੇ ਮਿਲ ਜਾਇਆ ਕਰਨੀ ਮੈਨੂੰ ਦਿਲ ਵਿੱਚ ਹਰ ਟਾਈਮ ਰੁਕਾਨੀ ਚੇਤੇ ਮੈਂ ਕਰਦਾ ਦਿਲ ਵਿੱਚ ਹਰ ਟਾਈਮ ਰੁਕਾਨੀ ਚੇਤੇ ਮੈਂ ਕਰਦਾ ਨੀ ਮਿੱਤਰਾਂ ਦੀ ਜਿੰਦ ਵੈਰ ਮਿੱਤਰਾਂ ਦੀ ਜਿੰਦ ਵੈਰ ਭਗਤਾਂ ਵਿੱਚ ਪੈ ਗਈ ਨੀ ਸੁਪਨਾ ਹੋ ਗਏ ਪਾਲੀ ਉਹ ਮਿਲਣੋ ਵੀ ਰਹਿ ਗਈ ਨੀ ਕਾਕੇ ਸੋਨੀ ਦੀ ਤੇ ਹੈਪੀ ਦੀ ਫਰਮਾਇਸ਼ ਇੱਕ ਉਹ ਪੇਸ਼ ਕਰਨ ਲੱਗੇ ਉਹਨਾਂ ਨੇ ਪਹਿਲਾਂ ਹੀ ਗੀਤ ਲਿਖਾ ਦਿੱਤੇ ਸੀ ਪਰ ਸਾਨੂੰ ਥੋੜ੍ਹਾ ਜਿਹਾ ਰੁਟੀਨ ਤਬਦੀਲ ਕਰਨਾ ਪੈਂਦਾ ਆਪਣਾ ਪਰਫਾਰਮੈਂਸ ਤੌਰ 'ਤੇ ਰੁਟੀਨ ਬਦਲਣਾ ਨਹੀਂ ਪੈਂਦਾ ਲਓ ਸੁਣੋ ਤੇਰਾ ਉਹਦਾ ਗਾਇਆ ਹੋਇਆ ਆਵੇ ਕਾਕਾ
ਕਣਕ ਬਗੈਰ ਹੋਵੇ ਅਣਖਾਂ ਬਾਜ ਨੀ ਮਿੱਤਰੋ ਤੜੀ ਗੁੰਦੀ ਅਣਖਾਂ ਬਾਜ ਨੀ ਬਦਲੇ ਲੈ ਜਾਂਦੇ ਤੇ ਬਿਨਾਂ ਅਣਖ ਦੇ ਮੁੱਛਣੇ ਕੜੀ ਇਹ ਦਿਸ਼ਾ ਦਾ ਪਹਿਲਾ ਗੀਤ ਹੈ ਕੱਟ ਰੱਖ ਯਾਰ ਤੈਨੂੰ ਕਿਹਾ ਹੈਲੋ ਹੋਰ ਰਿਪੀਟ ਨਾ ਆਵੇ ਯਾਰ ਹੈਲੋ ਹੋਰ ਬੰਦ ਕਰਦੇ ਰਿਪੀਟ ਬੰਦ ਕਰਦੇ ਹੈਲੋ ਹਾਂ ਬਸ ਦੇਸੀ ਰਹਿਣ ਦੇ ਦੇਸੀ ਜ਼ਰਾ ਕੋਈ ਚੰਗਾ ਹੁੰਦਾ ਤੈਨੂੰ ਪਤਾ ਦੇਸੀ ਘਿਓ ਦੇਸੀ ਸਰੋਂ ਦਾ ਤੇਲ ਤੇ ਦੇਸੀ ਬੰਦਾ ਤੇ ਦੇਸੀ ਸਮਾਨ ਇਹ ਸਾਰਾ ਚੰਗਾ ਹੁੰਦਾ ਨਹੀਂ ਤਾਂ ਜੀਨ ਦੀ ਪੈਂਟ ਪਾ ਕੇ ਚੌਂਕ 'ਚ ਖੜੇ ਹੁੰਦੇ ਨਹੀਂ ਤਾਂ ਕੋਈ ਨਹੀਂ ਪਤਾ ਲੱਗਦਾ ਇਹ ਕੌਣ ਆ ਬੰਦਾ ਕਿ ਬੁੜੀ ਹੈ ਲਓ ਗੱਲ ਕਰਦਾ ਜ਼ਰਾ ਗੌਰ ਕਰਨਾ ਇਹ ਪਹਿਲਾ ਗੀਤ ਹੈ ਤੁਸੀਂ ਹਾਂਜੀ ਬੋਤਲ ਵਰਗੀ ਕਿਹੜੀ ਬੋਤਲ ਵਰਗੀ ਅੱਛਾ ਮੈਂ ਸੁਣਾ ਦੂੰਗਾ ਇੱਕ ਮਿੰਟ ਆਂਦਾ ਨਹੀਂ ਕੋਈ ਨਹੀਂ ਕੋਈ ਇਹ ਗੀਤ ਪਹਿਲੀ ਵਾਰ ਆਇਆ ਮੈਂ ਦੋਸਤਾਂ ਨੂੰ ਦੱਸਦੇ ਹਾਂ ਵੀ ਉਹ ਮੁਟਿਆਰ ਆਪਣੇ ਸਾਥੀ ਨੂੰ ਦਲੇਰੀ ਦਿੰਦੀ ਵੀ ਚਾਹੇ ਮੇਰੇ ਘਰ ਦਾ ਚਾਹੇ ਕੋਈ ਬਾਹਰ ਦਾ ਵਡਾਂਗਾ ਕਰਦੇ ਬਸ ਪਰਵਾਹ ਨਾ ਕਰੀ ਨਹੀਂ ਤਾਂ ਉਦੋਂ ਹੀ ਕਹਿ ਦਿੰਦੀਆਂ ਜੇ ਕਿਤੇ ਖੜਿਆਂ ਨੂੰ ਵੇਖ ਲਵੇ ਨਾ ਕੋਈ ਭਰਾ ਜਾਂ ਪਿਓ ਜਾਂ ਕੋਈ ਹੋਰ ਦਾਦਾ ਨਾਨਾ ਉਹਦੇ ਕਹਿ ਦਿੰਦੀਆਂ ਤਾਂ ਜ਼ਬਰਦਸਤੀ ਰਾਹ ਜਾਂਦਾ ਮੇਰੇ ਕੋਲ ਖੜ ਕੇ ਮੈਂ ਤਾਂ ਇਹਨੂੰ ਜਾਣਦੀ ਵੀ ਨਹੀਂ ਯਾਨੀ ਆਹ ਹਾਲ ਹੈ ਲਓ ਗੱਲ ਕਰਨਾ ਵੀ ਉਹ ਮੁਟਿਆਰ ਆਪਦਾ ਦਿਲ ਕੱਟ ਕੇ ਇਹ ਗੱਲ ਕਹਿੰਦੀ ਸੁਣੋ ਜ਼ਰਾ ਕਰਨਾ ਭਾਈਚਾਰਾ ਨੀ ਸੁਣੀ ਗਲੀ ਵਿੱਚ ਪੈ ਗਿਆ ਤੈਨੂੰ ਤੇਰਾ ਭਾਈਚਾਰਾ ਨੀ ਅੱਲਾ ਕਹਿਰਾ ਘੇਰਿਆ ਚੋਬਰ ਤੇਰਾ ਯਾਰ ਪਿਆਰਾ ਨੀ ਅੱਲਾ ਕਹਿਰਾ ਘੇਰਿਆ ਚੋਬਰ ਤੇਰਾ ਯਾਰ ਪਿਆਰਾ ਨੀ ਤੇ ਮਿੱਤਰਾ ਤੂੰ ਖਾਲੀ ਹੱਥੀ ਤੇਰਾ ਇੱਕ ਸਹਾਰਾ ਨੀ ਤੇ ਮਿੱਤਰਾ ਤੂੰ ਖਾਲੀ ਹੱਥੀ ਓਏ ਤੇਰਾ ਇੱਕ ਸਹਾਰਾ ਨੀ ਹੁਣ ਲਿਖੀ ਨੂੰ ਮੇਟਣ ਵਾਲਾ ਹੁਣ ਲਿਖੀ ਨੂੰ ਮੇਟਣ ਵਾਲਾ ਸੱਚਾ ਸਤਗੁਰ ਰੱਖਾ ਬੋਜੀ ਵੇ ਮਿੱਤਰਾ ਕੰਦ ਤੋਂ ਸਿੱਟਾ ਕਨਾ ਸਾ ਬੋਜੀ ਵੇ ਮਿੱਤਰਾ ਇੱਕ ਤਾਂ ਹੁੰਦਾ ਇੱਕ ਰਕਾਨੇ ਰਲ ਕੇ ਤਾਂ 11 ਵੇ ਓ ਇੱਕ ਤਾਂ ਹੁੰਦਾ ਇੱਕ ਰਕਾਨੇ ਰਲ ਕੇ ਤਾਂ 11 ਵੇ 11 ਖਾਤਰ ਮਰਨ ਨੱਡੀਏ ਜੋ ਬਣ ਮਟਿਆਰਾ ਵੇ ਓਏ 11 ਖਾਤਰ ਮਰਨ ਜੱਟੀਏ ਪਰ ਜੋ ਬਣ ਮਟਿਆਰਾ ਵੇ ਨੀ ਪੀੜ ਪਈ ਤੋ ਜਾਣ ਪਰਖੀਆਂ ਪੱਕੀਆਂ ਪੱਕੀਆਂ ਨਾਰਾ ਵੇ ਓ ਪੀੜ ਪਈ ਤੋ ਜਾਣ ਪਰਖੀਆਂ ਪੱਕੀਆਂ ਪੱਕੀਆਂ ਨਾਰਾ ਵੇ ਲੱਕ ਚੂੜੀਆਂ ਰੱਖਦੇ ਪਾਸੇ ਲੱਕ ਚੂੜੀਆਂ ਧਰਦੇ ਪਾਸੇ ਹੋ ਜੇ ਬਰਾਬਰ ਪਾਸਾ ਆ ਜਾਣੀ ਪਤਲੂ ਸਿਰ ਤੇ ਬੰਨ ਮੜਾਸਾ ਆ ਜਾਣੀ ਪਤਲੂ ਸਿਰ ਤੋਂ ਬੰਨ ਮੜਾਸਾ ਆ ਜਾਣੀ ਪਤਲੂ ਰੱਤੀ ਮਾਰ ਕੇ ਕਰਿਆ ਤਿੱਖਾ ਪਰੂਆ ਜੱਟ ਲੰਘੇ ਨੀ ਰੱਤੀ ਮਾਰ ਕੇ ਕਰਿਆ ਤਿੱਖਾ ਪਰੂਆ ਜੱਟ ਲੰਘੇ ਨੀ ਉੱਤਦੇ ਵਾਂਗੂ ਸਾਰੇ ਯਾਰ ਪਏ ਹੋਣਗੇ ਛੰਗੇ ਨੀ ਪਏ ਹੋਣਗੇ ਚੰਗੇ ਨੀ ਕਰਦੇ ਦੇ ਧਰਦੇ ਵੇ ਤੂੰ ਤੇ ਮਾਰ ਤੂੰ ਪਾਂਡੇ ਨੀ ਕਰਦੇ ਦੇ ਧਰਦੇ ਵੇ ਤੂੰ ਤੇ ਮਾਰ ਤੂੰ ਪਾਂਡੇ ਨੀ ਮਾਵਾ ਤੋੜ ਪਵਾ ਦੇ ਵੰਗਣੇ ਮਾਵਾ ਤੋੜ ਪਵਾ ਦੇ ਵੰਗਣੇ ਤੇ ਵੇ ਚੱਟੀ ਦਲਾ ਸਾਬੋ ਜੀਵੇ ਮਿੱਤਰਾ ਕੰਦ ਤੋਂ ਸਿੱਟਾ ਕਣਾ ਸਾਬੋ ਜੀਵੇ ਮਿੱਤਰਾ ਕੰਦ ਤੋਂ ਸਿੱਟਾ ਕਣਾ ਸਾਬੋ ਜੀਵੇ ਮਿੱਤਰਾ ਕੁਣ ਪਨਾਲੇ ਵਾਂਗੂ ਚੋਵੇ ਖੂਨ ਪਨਾਲੇ ਵਾਂਗੂ ਚੋਵੇ ਯਾਰਾ ਤੇਰੇ ਸਿਰ ਚੋਵੇ ਬਈ ਖੂਨ ਪਨਾਲੇ ਵਾਂਗੂ ਚੋਵੇ ਯਾਰਾ ਤੇਰੇ ਸਿਰ ਚੋਵੇ ਆ ਲੈ ਇੱਕ ਫੜਕਾ ਤਾਂ ਜੱਟ ਨੇ ਮੇਰੇ ਆਂਦੇ ਧਿਰ ਚੋਵੇ ਆ ਲੈ ਇੱਕ ਫੜਕਾ ਤਾਂ ਜੱਟ ਨੇ ਮੇਰੇ ਆਂਦੇ ਧਿਰ ਚੋਵੇ ਕਦੇ ਨੀ ਆਸ਼ਕ ਪਾਈ ਦੇ ਮੈਂ ਕਹਿ ਮੌਤ ਦੇ ਪਿੜ ਚੋਵੇ ਓਏ ਕਦੇ ਨੀ ਆਸ਼ਕ ਪਾਈ ਦੇ ਮੈਂ ਕਹਿ ਮੌਤ ਦੇ ਪਿੜ ਚੋਵੇ ਖਿੱਚ ਕੇ
ਕੇ ਲੰਗੜੇ ਆ ਜਾ ਸੋਹਣੀ, ਖਿੱਚ ਕੇ ਲੰਗੜੇ ਆ ਜਾ ਸੋਹਣੀ, ਵੇਖਣਾ ਕੜੀ ਤਮਾਸ਼ਾ ਆ ਜਾਨੀ ਪਤਲੋ, ਸਿਰ ਤੇ ਮਨ ਬੜਾ ਤਾਇਆ ਜਾਨੀ ਪਤਲੋ, ਸਿਰ ਤੇ ਮਨ ਬੜਾ ਤਾਇਆ ਜਾਨੀ ਪਤਲੋ। ਯਾਰ ਜੱਟੀਏ ਯਾਰਾਂ ਦੀ ਹੱਕ ਪਏ ਤੋਂ ਪਰਖੀ ਜਾਂਦੀ, ਉਹ ਯਾਰ ਜੱਟੀਏ ਯਾਰਾਂ ਦੀ ਕਿੰਨਾਂ ਨੂੰ ਹੁੰਦੀ ਲੋੜ ਹਾਣੀਆਂ, ਦਿਲ ਦੇ ਦਿਲਦਾਰਾਂ ਦੀ ਕਿੰਨਾਂ ਨੂੰ ਹੁੰਦੀ ਲੋੜ ਹਾਣੀਆਂ, ਉਹ ਨਹੀਂ ਦਿਲ ਦੇ ਦਿਲਦਾਰਾਂ ਦੀ ਕਿੰਨਾਂ ਤੋੜ ਨਿਭਾਉਣੀ ਹੋਵੇ, ਸਾਰ ਜਾਣ ਦੀਆਂ ਪਿਆਰਾਂ ਦੀ ਕਿੰਨਾਂ ਤੋੜ ਨਿਭਾਉਣੀ ਹੋਵੇ, ਸਾਰ ਜਾਣ ਦੀਆਂ ਪਿਆਰਾਂ ਦੀ ਪੰਜ ਗਰਾਈ ਵਾਲਿਆ ਡਰੀ ਨਾ, ਪੰਜ ਗਰਾਈ ਵਾਲਿਆ ਡਰੀ ਨਾ, ਕਰਕੇ ਵਿਖਾ ਦੇ ਵਾਕਾ ਬੋਚੀ ਵੇ ਮਿੱਤਰਾ, ਕੰਦ ਤੋਂ ਸਟਾਕਣਾ ਸਾਬੋ ਜੀਵੇ ਮਿੱਤਰਾ, ਕੰਦ ਤੋਂ ਸਟਾਕਣਾ ਸਾਬੋ ਜੀਵੇ ਮਿੱਤਰਾ। ਉਹ ਸਿਰ ਦੇ ਮਨ ਮੜਾ ਸਾਇਆ ਜਾਨੀ ਪਤਲੋ, ਸਿਰ ਦੇ ਮਨ ਮੜਾ ਸਾਇਆ ਜਾ ਨੀ ਪਤਲੋ, ਲਓ ਇੱਕ ਲਾਸਟ ਦੋ ਲਾਈਨਾਂ ਕਹਿਣ ਲੱਗਿਆਂ ਲੋਕ ਤੱਦੀਆਂ ਕਹਿੰਦੇ ਨੇ ਵੀ ਜਦੋਂ ਇੱਕ ਗੱਲ ਸੁਣੋ ਜਰਾ ਬਸ ਅਸੀਂ ਇਹ ਤੋਂ ਬਾਅਦ ਨਹੀਂ ਗਾਉਣਾ, ਕਾਰਨ ਜ਼ਰੂਰ ਹੈ ਵੀ ਇੱਕ ਗੱਲ ਉਹ ਛੱਡ ਕੇ ਜਾਊਂਗਾ। ਲੋਕ ਤੱਤ ਕਹਿਣ ਲੱਗਿਆਂ ਸਾਰੇ ਦੋਸਤਾਂ ਨੂੰ ਪਤਾ ਵੀ ਸਿਆਣੇ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਜਿਸ ਗੱਲ ਮਿਰਜੇ ਦੀ ਗੱਲ ਨਾ ਹੋਵੇ ਉਹ ਖੜਾ ਸੋਹਣਾ ਲੱਗਦਾ। ਲਓ ਜ਼ਰਾ ਦੋ ਲਾਈਨਾਂ ਲੋਕ ਤੱਤ 'ਚੋਂ ਕਹਿਣ ਲੱਗਿਆਂ, ਮਿਰਜੇ ਦੀ ਭਾਬੀ ਮਿਰਜੇ ਨੂੰ ਰੋਕਦੀ ਹੈ ਵੀ ਤੂੰ ਸਾਹਿਬਾਂ ਨੂੰ ਵਿਆਹੁਣ ਚੱਲਿਆ, ਘਰ ਤੇਰੀ ਭੈਣ ਛੱਤੀ ਦਾ ਵਿਆਹ ਰੱਖਿਆ ਹੋਇਆ, ਤੈਨੂੰ ਵੇਖਣ ਵਾਲੇ ਅੱਧੇ ਤਾਂ ਬਰਾਤੀ ਆਉਣਗੇ, ਨਹੀਂ ਮੰਨਦਾ ਆਖਿਰ ਚੱਲਿਆ। ਲਓ ਆਹ ਗੱਲ ਕਹਿਣ ਲੱਗਿਆ ਜ਼ਰਾ ਗੌਰ ਕਰਿਆ ਜੇ, ਖਿਸ਼ਕ ਆਵੇ ਕਾਕਾ ਲੈ ਲੈ ਉਹ ਮਾਈਕ ਲਾ ਲਈ ਛੇਤੀ ਕਰ ਛੇਤੀ। ਹੈਲੋ ਹੈਲੋ ਇਹ ਲਾਸਟ ਦੋ ਲੈਣਾ ਆਪਣੇ ਸਰੋਤਿਆਂ ਦੀ ਅਰਪਣ ਕਰਕੇ ਉਦੋਂ ਬਾਅਦ ਫਤਿਹ ਬੁਲਾਵਾਂਗੇ, ਪਰ ਇੱਕ ਇੱਕ ਲਾਈਨ ਸੁਣਨ ਵਾਲੀ ਹੈ। ਇਹ ਲੋਕ ਤੱਤ ਅੱਜ ਦੇ ਨੌਜਵਾਨਾਂ ਵਾਸਤੇ ਵੀ ਆ, ਰੋਕਿਆ ਤਾਂ ਉਹਦੀ ਭਾਬੀ ਨੇ ਉਦੋਂ ਹੀ ਸੀ, ਪਰ ਅੱਜ ਵੀ ਗੌਰ ਕਰਿਆ ਜੇ ਤੁਹਾਡੇ ਅਮਲ 'ਚ ਲਿਆਉਣ ਵਾਲੀ ਗੱਲ ਸੁਣੋ ਤਰਾ ਗੁਰੂ। ਸੁਣ ਜੇ ਦਿੱਤਾ ਈ ਸੋਹਣਿਆਂ ਨੂੰ ਫੇਰ ਦਿੱਤੀਆਂ ਕਿਉਂ ਮਗਰੂਰੀਆਂ ਨੇ, ਵੇ ਪਹਿਲਾਂ ਪੱਟ ਕੇ ਪੁੱਤ ਬਗਾਨਿਆਂ ਨੂੰ ਪਿੱਛੋਂ ਲੰਘਦੀਆਂ ਵੱਟ ਕੇ ਕੂੜੀਆਂ ਨੇ, ਉਹ ਗਲੇ ਲਾ ਕੇ ਯਾਰ ਨੂੰ ਦੇਣ ਧੱਕੇ, ਦਗੇ ਬਾਜ ਮਜਾਜਣਾ ਪੂਰੀਆਂ ਨੇ, ਵੇ ਅਨਪੜਾ ਜੇ ਪੁੱਛੀਏ ਕੀ ਕੀਤਾ ਤੇ ਅੱਗੋਂ ਹੱਸ ਕੇ ਕਹਿਣ ਮਜਬੂਰੀਆਂ ਨੇ। ਭਾਬੀ ਕਹਿੰਦੀ ਮਿਰਜੇ ਆਵੇ ਮਨ ਮੇਰੀਆਂ ਚੰਗੀਆਂ ਨੇ ਦੋਰਾੜ ਬਾਈਆਂ ਤੇਰੀਆਂ, ਮਨ ਮੇਰੀਆਂ ਚੰਗੀਆਂ ਨੀ ਦੋਰਾੜ ਬਾਈਆਂ ਤੇਰੀਆਂ, ਸੱਕੇ ਪੈਣ ਪਾਈਆਂ ਤੋਂ ਪਰੇ ਨੀ ਜਾਈਦਾ, ਸੱਕੇ ਪੈਣ ਪਾਈਆਂ ਤੋਂ ਪਰੇ ਨੀ ਜਾਈਦਾ, ਤੇ ਯਾਰੀ ਵਾਲੀ ਰੰਨ ਦੇ ਕਰੇ ਨੀ ਜਾਈਦਾ, ਮੈਂ ਕਿਹਾ ਯਾਰੀ ਵਾਲੀ ਰੰਨ ਦੇ ਕਰੇ ਨੀ ਜਾਈਦਾ, ਉਹ ਯਾਰੀ ਵਾਲੀ ਰੰਨ ਦੇ ਕਰੇ ਨੀ ਜਾਈਦਾ, ਯਾਰੀ ਵਾਲੀ ਰੰਨ ਦੇ ਕਰੇ ਨੀ ਜਾਈਦਾ। ਹਰ ਵੇਲੇ ਸਾਰਿਆਂ ਦੀ ਸੁੱਖ ਮੰਗੀਏ, ਤੇ ਵੈਰੀਆਂ ਦੇ ਬੂਹੇ ਤੇ ਕਦੇ ਨਾ ਖੱਕੀਏ,
ਹਰ ਵੇਲੇ ਸਾਰਿਆਂ ਦੀ ਸੁੱਖ ਮੰਗੀਏ, ਡੈਰੀਆਂ ਦੇ ਬੂਹੇ ਤੇ ਕਦੇ ਨਾ ਖੰਘੀਏ। ਸੁੱਤੇ ਹੋਏ ਸ਼ੇਰ ਨੂੰ ਨਹੀਂ ਜਗਾਈਦਾ, ਸੁੱਤਾ ਹੋਏ ਸ਼ੇਰ ਕਦੇ ਨਹੀਂ ਜਗਾਈਦਾ, ਯਾਰੀ ਦੇ ਨਹੀਂ ਆਉਂਦੇ ਘਰੇ ਨਹੀਂ ਜਾਈਦਾ। ਮੈਂ ਕਿਹਾ ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਉਹ ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ। ਲੱਗੇ ਨੀ ਉਹ ਮੁੜ ਪਿਆ ਕਰੋ ਕਿਤੇ ਡਿਊਟੀ ਤੇ ਨਹੀਂ ਪੜ੍ਹਨੀ ਕਿਤਾਬ ਚਾਹੀਦੀ, ਡਿਊਟੀ ਤੇ ਨਹੀਂ ਪੜ੍ਹਨੀ ਕਿਤਾਬ ਚਾਹੀਦੀ, ਹੱਥ ਵਿੱਚ ਪੀਣੀ ਨੀ ਸ਼ਰਾਬ ਚਾਹੀਦੀ। ਡਿਊਟੀ ਤੇ ਨਹੀਂ ਪੜ੍ਹਨੀ ਕਿਤਾਬ ਚਾਹੀਦੀ, ਹੱਥ ਵਿੱਚ ਪੀਣੀ ਨੀ ਸ਼ਰਾਬ ਚਾਹੀਦੀ, ਉਹ ਵਿਹੜੇ ਵਿੱਚ ਬੇੜੀ ਦਾ ਨੀ ਰੁੱਖ ਲਾਈਦਾ, ਵਿਹੜੇ ਵਿੱਚ ਬੇੜੀ ਦਾ ਨੀ ਰੁੱਖ ਲਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨੀ ਜਾਈਦਾ, ਉਹ ਕਹੇ ਯਾਰੀ ਵਾਲੀ ਰੰਨ ਦੇ ਘਰੇ ਨੀ ਜਾਈਦਾ, ਉਹ ਯਾਰੀ ਵਾਲੀ ਰੰਨ ਦੇ ਘਰੇ ਨਹੀਂ। ਨੌਜਵਾਨਾਂ ਦੇ ਸਮਝਣ ਵਾਲੀ ਗੱਲ ਕਰ ਰਿਹਾ, ਜ਼ਰਾ ਗੌਰ ਕਰਿਆ ਜੀ। ਕਿਹੜੀ ਉਹ ਵੱਡਿਆਂ ਦੇ ਮੂਰਖਾਂ ਨਾਲ ਹੱਥ ਚੱਕੀਏ, ਮਾਪਿਆਂ ਦੇ ਮੂਰਖਾਂ ਨਾਲ ਹੱਥ ਚੱਕੀਏ, ਵੱਡਿਆਂ ਦੇ ਮੂਰਖਾਂ ਨਾਲ ਹੱਥ ਚੱਕੀਏ, ਪੱਗ ਵੱਟ ਯਾਰ ਦੀ ਨਾ ਨਾਰ ਤੱਕੀਏ, ਵੱਡਿਆਂ ਦੇ ਮੂਰਖਾਂ ਨਾਲ ਹੱਥ ਚੱਕੀਏ, ਪੱਗ ਵੱਟ ਯਾਰ ਦੀ ਨਨਾਰ ਤੱਕੀਏ, ਇੱਕ ਭਾਂਡੇ ਖਾ ਕੇ ਦਗਾ ਨਹੀਂ ਕਮਾਈਦਾ, ਇੱਕ ਭਾਂਡੇ ਖਾ ਕੇ ਦਗਾ ਨਹੀਂ ਕਮਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਉਹ ਮੈਂ ਕਿਹਾ ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ। ਲਾਸਟ ਗੱਲ ਕਹਿ ਰਿਹਾ ਫਿਰ ਫਤਿਹ ਲਊਂਗਾ, ਲਓ ਜ਼ਰਾ ਗੌਰ ਕਰ। ਭੇਕੀ ਲਾਉਣ ਦੀ ਇਹਨਾਂ ਸ਼ਿੰਗਾਰ ਕੁੜੀ ਨੂੰ, ਉਹ ਭੇਕੀ ਲਾਉਣ ਦੀ ਇਹਨਾਂ ਸ਼ਿੰਗਾਰ ਕੁੜੀ ਨੂੰ, ਤੋਰੀਏ ਨਾ ਮੇਲੇ ਮੁਟਿਆਰ ਕੁੜੀ ਨੂੰ, ਭੇਕੀ ਲਾਉਣ ਦੀ ਇਹਨਾਂ ਸ਼ਿੰਗਾਰ ਕੁੜੀ ਨੂੰ, ਤੋਰੀਏ ਨਾ ਮੇਲੇ ਮੁਟਿਆਰ ਕੁੜੀ ਨੂੰ, ਅਨਪੜਾ ਉਹ ਅਨਪੜਾ ਸੱਪ ਨੂੰ ਨੀ ਹੱਥ ਲਾਈਦਾ, ਅਨਪੜਾ ਸੱਪ ਨੂੰ ਨੀ ਹੱਥ ਲਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਉਹ ਮੈਂ ਕਿ ਯਾਰੀ ਵਾਲੀ ਰੰਨ ਦੇ ਘਰੇ ਨਹੀਂ ਜਾਈਦਾ, ਉਹ ਯਾਰੀ ਵਾਲੀ ਰੰਨ ਦੇ ਘਰੇ ਨਹੀਂ। ਇੰਨੀ ਗੱਲ ਕਹਿੰਦੇ ਹੋਏ ਖੇਮਾ ਦੇ ਜਾਚਕਾਂ, ਸਾਡੇ ਹੋਰ ਕਲਾਕਾਰ ਭਰਾ ਆਏ ਹੋਏ ਨੇ, ਲਓ ਇੰਨੀ ਹਾਜ਼ਰੀ ਦਿਲੋਂ ਕਬੂਲ ਕਰਿਆ ਜੇ, ਪਿਆਰ ਸਤਿਕਾਰ ਤੁਹਾਡਾ ਸੱਜਣਾ ਦਾ, ਇਸ ਲਈ ਖਿਮਾ ਦੇ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਇਹ ਸਨ ਵਰਲਡ ਫੇਮਸ ਤੁਹਾਡੇ ਆਪਣੇ ਹਰ
ਗਏ 5 ਮਿੰਟ ਉਹਨਾਂ ਦੇ 5 ਗੀਤ ਨੇ ਉਹ ਵੀ ਤੁਹਾਡੇ ਗੀਤ ਨੇ ਉਹ ਕਹਿੰਦੇ ਸਾਨੂੰ ਭਾਵਾਂ 5 ਗਾਣੇ ਸੁਣਾ ਦਿਓ ਇਹ ਸਾਡੀ ਜ਼ਰੂਰੀ ਹੈ ਉਹਨਾਂ ਨੂੰ ਉਹਨਾਂ ਦੇ ਸਾਰੇ ਦੁਗਾਣੇ ਮੂੰਹ ਜ਼ਬਾਨੀ ਵੈਸੇ ਵੀ ਯਾਦ ਹੈ ਹਾਂਜੀ ਹਾਂਜੀ ਬਾਪੂ ਦਾ ਖੁੰਡਾ ਕੱਢੂ ਤੇਰੀਆਂ ਰੜਕਾਂ ਬੰਨ ਕੇ ਟਰੱਕ ਬਹਿ ਗਿਆ ਅੱਖਾਂ ਤੱਤੀਆਂ ਕਰਨ ਦਾ ਮਾਰਾ ਇੱਕੋ ਜਿਹੇ ਪੈਣਾ ਜੀਜਾ ਸਾਲੀ ਤੇ ਡਿੱਗ ਪਿਆ ਲੋਟਣੀ ਖਾ ਕੇ ਮੋੜੀ ਬਾਬਾ ਡਾਂਗ ਵਾਲਿਆ ਮੇਰੀ ਰੁੱਸ ਗਈ ਝਾਂਜਰਾਂ ਵਾਲੀ ਇਹ ਤਾਂ ਘਰ ਘਰ ਚੀਜ਼ ਤੇ ਹੁੰਦਾ ਬਹੁਤ ਸਾਰੇ ਦੁਗਾਣੇ ਤੁਹਾਡੀ ਸੇਵਾ 'ਚ ਇੰਨੀ ਬਹੁਤ ਹੈ ਬਾਕੀ ਜਿਹੜੇ ਉਹਨਾਂ ਨੇ ਸੁਣਾਉਣੇ ਹੈ ਉਹ ਤਾਂ ਫਿਰ ਲੜੀ ਲੱਗ ਜਾਣੀ ਹੈ ਤੁਹਾਡੀ ਸੇਵਾ ਦੇ ਵਿੱਚ ਲਓ ਜੀ ਇੱਕ ਧੁੰਨ ਸਾਡੇ ਕਲਾਕਾਰ ਜੋ ਸਾਡੇ ਮਿਊਜ਼ੀਸ਼ੀਅਨ ਹੈ ਅੱਜ ਕੱਲ੍ਹ ਇਹ ਬੜਾ ਰਿਵਾਜ਼ ਹੈ ਇਹਨੇ ਸਾਜ਼ੀਆਂ ਨੂੰ ਸੈੱਟ ਕਰਨ ਨੂੰ ਇਹ ਸਟੂਡੀਓ ਵਾਂਗੂ ਰਿਕਾਰਡਿੰਗ ਚੱਲਦੀ ਹੈ ਇਹਨਾਂ ਨੂੰ ਸੈੱਟ ਕਰਨ ਦਾ ਟਾਈਮ ਲੱਗਦਾ ਲਓ ਜੀ ਇੱਕ ਧੁੰਨ ਔਰ ਤੁਹਾਡੀ ਸੇਵਾ 'ਚ ਕਰਤਾਰ ਸਿੰਘ ਨਵਲਾ ਵਰਲਡ ਇੰਟਰਨੈਸ਼ਨਲ